ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਕਿੰਚਾਵਾਂ ਪਰਦੇਸ ਲਾਈਵ ਪ੍ਰੋਗਰਾਮ ਦੇ ਵਿੱਚ। ਮੈਂ ਕਵਿਤਾ ਸਿੰਘ ਹਾਜ਼ਰ ਤੇ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਜੀ ਸਾਈਂ ਓਵਰਸੀਜ਼ ਤੋਂ ਮਿਸਟਰ ਬਲਜਿੰਦਰ ਸਿੰਘ ਸਹਿਗਲ। ਸਰ ਜੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ। ਥੈਂਕ ਯੂ ਮੈਮ, ਥੈਂਕ ਯੂ। ਸੋ ਸਾਡੇ ਦਰਸ਼ਕ ਜੀ ਆਪਣੀ ਪ੍ਰੋਫਾਈਲ ਸਾਂਝੀ ਕਰ ਸਕਦੇ ਨੇ ਜੀ, ਨੰਬਰ ਤੁਹਾਡੀ ਸਕਰੀਨ ਦੇ ਉੱਤੇ, ਕਿਉਂਕਿ ਲਾਈਵ ਪ੍ਰੋਗਰਾਮ ਦੇ ਵਿੱਚ ਜਿੱਥੇ ਤੁਹਾਨੂੰ ਸਾਰਿਆਂ ਨੂੰ ਮੌਕਾ ਮਿਲਦਾ ਕਿ ਸਾਡੇ ਐਕਸਪਰਟ ਦੇ ਨਾਲ ਤੁਸੀਂ ਆਪਣੇ ਸਵਾਲ ਜਿਹੜੇ ਨੇ ਉਹ ਸਾਂਝੇ ਕਰ ਸਕਦੇ ਹੋ। ਸੋ ਖਾਸ ਤੌਰ 'ਤੇ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਜੀ, ਅਗਰ UK ਕੰਟਰੀ ਨੂੰ ਲੈ ਕੇ ਕੋਈ ਵੀ ਸਵਾਲ ਹੈ, ਕੋਈ ਵੀ ਡਾਊਟ ਹੈ, ਤਾਂ ਜਲਦੀ ਦੇ ਨਾਲ ਜੀ ਕਾਲ ਕਰਕੇ ਆਪਣਾ ਤੁਸੀਂ ਸਵਾਲ ਸਾਂਝਾ ਕਰਨਾ ਹੈ ਅਤੇ ਐਕਸਪਰਟ ਦੀ ਰਾਏ ਜਿਹੜੀ ਹੈ ਜੀ, ਜਵਾਬ ਜਿਹੜਾ ਹੈਗਾ ਜਾਣਿਆ ਜਾਏਗਾ। UK ਸਰ ਅਗਰ ਗੱਲ ਕਰੀਏ, ਜਿੱਥੇ ਵਿਦ ਆਇਲਸ ਐਂਡ ਵਿਦਆਊਟ ਆਇਲਸ, ਹੁਣ ਇਹ ਵੀ ਹੋ ਗਿਆ ਸੀ ਵੀ ਹਾਂਜੀ ਜਿੰਨੇ ਵੀ ਸਟੂਡੈਂਟਸ ਅਪਲਾਈ ਕਰਨਗੇ ਕਿ ਉਹ ਮੀਨਸ ਉਹਨਾਂ ਨੂੰ ਇੰਟਰਵਿਊ ਆਏਗੀ ਹੀ ਆਏਗੀ, ਅਤੇ ਦੂਸਰੇ ਇਹ ਵੀ ਸੀ ਵੀ ਹੁਣ ਵਿਦਆਊਟ ਆਇਲਸ ਥੋੜ੍ਹਾ ਜਿਹਾ ਔਖਾ ਹੋ ਜਾਏਗਾ। ਕਵਿਤਾ ਮੈਮ, ਤੁਹਾਡਾ ਕੁਐਸਚਨ ਬਹੁਤ ਅੱਛਾ ਹੈ, ਲੇਕਿਨ ਇਹਦੇ 'ਚ ਪ੍ਰੋਬਲਮ ਕਿੱਥੋਂ ਆ ਰਹੀ ਹੈ? ਪ੍ਰੋਬਲਮ ਆ ਰਹੀ ਹੈ ਸਟੂਡੈਂਟ ਸਾਈਡ ਤੋਂ। ਪ੍ਰੋਬਲਮ ਕੀ ਹੈ ਕਿ ਜਿੰਨਾ ਬੱਚਾ ਪੰਜਾਬ ਦਾ ਜਾ ਰਿਹਾ, ਮੈਮ ਮੈਕਸਿਮ ਜੋ ਯੂਨੀਵਰਸਿਟੀਜ਼ ਨਾਲ ਸਾਡੀ ਗੱਲ ਹੋ ਰਹੀ ਹੈ, ਬੱਚੇ ਉੱਥੇ ਜਾ ਕੇ ਆਪਣੀ ਸਟੱਡੀ ਨਹੀਂ ਕਰ ਪਾ ਰਹੇ ਕਿਉਂਕਿ ਉਹ ਜਿਹੜੇ ਬ੍ਰਿਟਿਸ਼ ਐਕਸੈਂਟ ਆ ਉਹ ਸਮਝ ਨਹੀਂ ਪਾ ਰਹੇ। ਠੀਕ ਹੈ, ਸੋ ਪ੍ਰੋਬਲਮ ਕਿੱਥੇ ਆ ਰਹੀ ਹੈ ਕਿ ਬੱਚੇ ਜਾ ਕੇ ਆਪਣੇ BRP ਕਾਰਡ ਲੈਣ ਤੋਂ ਬਾਅਦ ਕੰਟੀਨਿਊ ਆਪਣੀ ਸਟੱਡੀ ਨਹੀਂ ਕਰ ਰਹੇ, ਉੱਥੇ ਯੂਨੀਵਰਸਿਟੀਜ਼ ਆਪਣੀ ਕਲਾਸਿਸ ਅਟੈਂਡ ਨਹੀਂ ਕਰ ਰਹੇ। ਇੱਕ ਰੇਸ਼ੋ ਦੇ ਅਕੋਰਡਿੰਗ ਨੀਅਰ ਅਬਾਊਟ, ਮੈਮ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਜਿੰਨਾ ਬੱਚਾ ਗਿਆ ਯੂਨੀਵਰਸਿਟੀ ਦੇ ਵਿੱਚ 60-70% ਉੱਥੇ ਜਾ ਕੇ ਆਪਣੀ ਸਟੱਡੀ ਕੰਟੀਨਿਊ ਨਹੀਂ ਕਰ ਰਹੀ। ਔਰ ਕਿਹੜੇ ਬੱਚੇ, ਕਿਹੜੇ ਬੱਚੇ, ਜਿਹੜੇ ਬੱਚਿਆਂ ਦੀ ਕੁਆਲੀਫਿਕੇਸ਼ਨ 10+2 ਹੈ, ਜਿਹੜੇ ਅੰਡਰ ਗ੍ਰੈਜੂਏਟ ਕੋਰਸ ਦੇ ਵਿੱਚ ਗਏ ਹੈ। ਰੀਜ਼ਨ ਕੀ ਹੈ ਕਿ 3 ਸਾਲ ਉਹ ਬੱਚਿਆਂ ਨੂੰ ਪਤਾ ਕਿ ਸਾਨੂੰ ਉੱਥੇ ਸਟੱਡੀ ਕਰਨੀ ਪਏਗੀ। ਸੋ ਅਗਰ ਮੈਂ ਐਨੂਅਲ ਉਹ ਬੱਚੇ ਦੀ ਗੱਲ ਕਰਾਂ, ਇੱਕ ਬੱਚੇ ਦੀ 1 ਸਾਲ ਦੀ ਜੋ ਟਿਊਸ਼ਨ ਫੀਸ ਹੈ ਉਹ £12,000 ਤੋਂ ਲੈ ਕੇ ਨੀਅਰ ਅਬਾਊਟ 16-17,000 pounds ਤੱਕ ਹੈ। ਸੋ ਬੱਚੇ ਨੂੰ ਪਤਾ ਕਿ ਅਗਰ ਮੈਂ 3 ਸਾਲ ਸਟੱਡੀ ਕਰਾਂਗਾ ਤਾਂ ਰਫਲੀ ਮੇਰਾ ਨੀਅਰ ਅਬਾਊਟ £40,000 ਦਾ ਮੇਰਾ ਖਰਚਾ, ਨੀਅਰ ਅਬਾਊਟ 35 lakh ਦਾ। ਹੁਣ ਜਿਹੜੇ ਬੱਚੇ ਉੱਥੇ ਮਾਸਟਰਸ ਪ੍ਰੋਗਰਾਮ ਵਾਸਤੇ ਜਾ ਰਹੇ ਆ, ਉਹ ਬੱਚੇ ਕੋਈ ਨਹੀਂ ਹੈ, ਉਹ ਬੱਚੇ ਸਾਰੇ ਦੇ ਸਾਰੇ ਬੱਚੇ ਸਟੱਡੀ ਕਰ ਰਹੇ, ਕਿਉਂਕਿ ਉਹਨੂੰ ਪਤਾ ਕਿ ਇੱਥੇ ਮਾਸਟਰਸ ਜਿਹੜੀ ਹੈਗੀ ਸਿਰਫ 1 ਸਾਲ ਦੀ ਹੈ। ਠੀਕ ਹੈ, ਉਸ ਤੋਂ ਬਾਅਦ ਸਾਨੂੰ 2 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਮਿਲਣਾ। ਇਸ ਕਰਕੇ ਜਿਹੜੇ ਗ੍ਰੈਜੂਏਟ ਬੱਚੇ ਨੇ, ਅੰਡਰ ਗ੍ਰੈਜੂਏਟ ਬੱਚੇ ਜਿਹੜੇ ਅਪਲਾਈ ਕਰ ਰਹੇ ਨੇ, 10+2 ਵਾਲੇ ਬੱਚੇ ਜਿਹੜੇ UK ਦੇ ਵਿੱਚ ਅਪਲਾਈ ਕਰ ਰਹੇ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਯੂਨੀਵਰਸਿਟੀ ਚੂਜ਼ ਹੀ ਹੋ ਚੁੱਕੀ ਹੈ। ਯੂਨੀਵਰਸਿਟੀ ਬੱਚਿਆਂ ਦੀ ਇੰਟਰਵਿਊ ਲੈ ਰਹੀ ਹੈ, ਠੀਕ ਹੈ, ਉਹ ਚੂਜ਼ ਕਰੀਏ ਕਿ ਬੱਚਾ, ਹਾਂ ਇੰਨਾ ਬੱਚਾ ਦੇ ਸਕਿੱਲ ਅੱਛਾ ਹੈ ਕਿ ਉੱਥੇ ਜਾ ਕੇ ਆਪਣੀ ਸਟੱਡੀ ਕਰੇਗਾ, ਇਹ ਜੱਜ ਕਰਨ ਦੀ ਕੋਸ਼ਿਸ਼ ਕਰ ਰਿਹਾ, ਜੱਜ ਕਿਸ ਤਰ੍ਹਾਂ ਹੋਏਗਾ? ਇੱਕ ਤਾਂ ਬੱਚੇ ਦੀ ਇੰਟਰਵਿਊ ਲੈ ਕੇ, ਸੈਕਿੰਡ ਪ੍ਰੋਬਲਮ ਆ ਰਹੀ ਹੈ ਜਿਹੜੇ ਬੱਚਿਆਂ ਦਾ ਗੈਪ ਬਹੁਤ ਜ਼ਿਆਦਾ, ਉਹ ਬੱਚਿਆਂ ਨੂੰ ਕਿਤੇ ਨਾ ਕਿਤੇ ਯੂਨੀਵਰਸਿਟੀ ਸਮਝ ਚੁੱਕੇ ਹਨ ਕਿ ਇਹ ਬੱਚਿਆਂ ਨੂੰ ਇੱਕ ਐਂਟਰੀ ਚਾਹੀਦੀ ਹੈ। ਜਿਹੜੇ ਬੱਚੇ ਗੈਪ ਵਾਲੇ ਸਿੰਗਾਪੁਰ, ਸਾਈਪਰਸ, ਹੋਰ ਦੁਬਈ ਜਾਂ ਮੋਰੀਸ਼ੀਅਸ ਕੰਟਰੀ ਦੇ ਵਿੱਚ ਆ ਰਹੇ ਸੀ ਵਿਦਆਊਟ ਆਇਲਸ ਉੱਥੇ ਸਟੱਡੀ ਕਰਨ ਵਾਸਤੇ, ਉਹ ਬੱਚੇ ਅੱਜ ਸਾਰੇ ਦੇ ਸਾਰੇ ਬੱਚੇ ਜਿਹਨਾਂ ਦੀ ਉਹਨਾਂ ਦੀ ਡ੍ਰੀਮ ਡੈਸਟੀਨੇਸ਼ਨ ਬਣ ਚੁੱਕੀ ਹੈ, UK ਬਣ ਚੁੱਕੀ ਹੈ। ਹੁਣ ਇੰਨਾ ਬੱਚਾ ਮੈਡਮ UK ਜਾ ਚੁੱਕਾ, ਅਗਰ ਮੈਂ ਗੱਲ ਕਰਾਂ, ਬਹੁਤ ਸਾਰੀ ਕੰਪਨੀਜ਼ ਕਹਿ ਰਹੀਆਂ ਕਿ ਅਸੀਂ 100, 200, 300, 400 ਵੀਜ਼ਾ ਲਗਵਾਤਾ, ਲੇਕਿਨ ਅਗਰ ਮੈਂ ਆਪਣੀ ਕੰਪਨੀ ਦੀ ਓਨੈਸਟਲੀ ਗੱਲ ਕਰਾਂ, ਰਿਐਲਿਟੀ ਨਾਲ ਗੱਲ ਕਰਾਂ, ਤਾਂ ਅਸੀਂ 305 ਵੀਜ਼ਾ ਲਗਵਾਇਆ, ਲੇਕਿਨ 305 ਮੈਂ ਚੈਲੇਂਜ ਕਰ ਸਕਦਾ ਕਿ ਕਿਸੇ ਕੰਪਨੀ ਦਾ ਇੰਨਾ ਵੀਜ਼ਾ ਨਹੀਂ ਲੱਗਿਆ। ਸਿਰਫ ਤੁਸੀਂ ਸਾਡੇ YouTube, ਇੰਸਟਾਗ੍ਰਾਮ, ਫੇਸਬੁੱਕ 'ਤੇ ਜਾ ਕੇ ਵੀਜ਼ਾ ਦੇਖੋ, ਬਾਕੀ ਕੰਪਨੀ ਜਿਹੜੀ ਕਹਿ ਰਹੀ 300 ਵੀਜ਼ਾ, 400 ਵੀਜ਼ਾ, ਤੁਹਾਨੂੰ 20-25 ਤੋਂ ਜ਼ਿਆਦਾ ਵੀਜ਼ਾ ਨਹੀਂ ਉਹਨਾਂ ਦੇ ਨਜ਼ਰ ਆ ਰਹੇ। ਸੋ ਗੱਲ ਕੀ ਹੈ ਕਿ ਉਸ ਕੰਪਨੀ ਕੋਲ ਜਾਓ ਜਿਸ ਕੰਪਨੀ ਦੇ ਡਾਇਰੈਕਟ ਆਈ ਹੈ। ਠੀਕ ਹੈ, ਹੁਣ ਠੀਕ ਹੈ, ਮੈਂ ਇੱਥੋਂ ਵੀ ਕਲੀਅਰ ਕਰਾਂਗਾ ਜ਼ਰੂਰ ਮੈਡਮ ਜੀ। ਇੱਕ ਕਾਲਰ ਪਹਿਲੇ, ਹੈਲੋ ਹੈਲੋ ਹੈਲੋ, ਆਈ ਥਿੰਕ ਫੋਨ ਡਿਸਕਨੈਕਟ ਹੋ ਗਿਆ ਜੀ। ਸੋ ਦੇਖੋ, ਮੈਂ ਇਹ ਵੀ ਕਲੀਅਰ ਕਰਾਂਗਾ, ਬੈਨੀਫਿਟ ਕਿੱਥੇ ਹੈ? ਬੈਨੀਫਿਟ ਉਸ ਕੰਪਨੀ ਕੋਲ ਅਪਲਾਈ ਕਰਨ ਦਾ ਜਿਸ ਕੰਪਨੀ ਕੋਲ ਯੂਨੀਵਰਸਿਟੀਜ਼ ਦੇ ਡਾਇਰੈਕਟ ਆਈ ਐਪ ਹੈ, ਕਿਉਂਕਿ ਬਹੁਤ ਸਾਰੀਆਂ ਕੰਪਨੀਜ਼ ਕਹਿ ਰਹੀਆਂ ਕਿ ਅਸੀਂ ਬਹੁਤ ਫਾਈਲਾਂ ਜਨਵਰੀ, ਸਪਟੈਂਬਰ ਇਨਟੇਕ ਦੇ ਵਿੱਚ ਕਲੈਕਟ ਕੀਤੀਆਂ, ਲੇਕਿਨ ਅਸੀਂ ਵਾਪਸ ਕਰ ਦਿੱਤੀਆਂ। ਉਹਦਾ ਸਿਰਫ ਸਭ ਤੋਂ ਵੱਡਾ ਰੀਜ਼ਨ ਇਹ ਸੀ ਕਿ ਉਹਨਾਂ ਕੋਲ ਡਾਇਰੈਕਟ ਯੂਨੀਵਰਸਿਟੀਜ਼ ਨਹੀਂ ਸੀ, ਕਿਉਂਕਿ ਬਹੁਤ ਸਾਰੀ ਕੰਪਨੀ ਇਸ ਤਰ੍ਹਾਂ ਦੀਆਂ ਜਿਹੜੇ ਕਿ ਯੂਨੀਵਰਸਲ ਟਰੂਥ ਹੈ, ਉਹ ਆਪਣੇ ਬੰਗਲੌਰ, ਹੈਦਰਾਬਾਦ ਜਾਂ ਦਿੱਲੀ ਤੋਂ, ਉੱਥੋਂ ਦੇ ਜਿਹੜੇ ਏਜੰਟ ਨੇ ਉਹਨਾਂ ਦੇ ਨਾਲ ਉਹਨਾਂ ਦੇ ਟਾਈ ਅਪ ਆ, ਉੱਥੋਂ ਆਪਣੀ ਫਾਈਲ ਪ੍ਰੋਸੈਸ ਕਰਵਾ ਰਹੇ ਨੇ, ਔਰ ਉੱਥੋਂ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਆ ਰਹੀਆਂ, ਬੱਚਿਆਂ ਨੂੰ 2-2, 3-3 ਮਹੀਨੇ ਔਫਰ ਨਹੀਂ ਆ ਰਹੀਆਂ। ਹੁਣ ਮੈਂ ਇੱਕ ਚੀਜ਼ ਕਲੀਅਰ ਕਰਦਾ, ਔਫਰ ਸਾਡੇ ਵੀ ਕਈ ਬੱਚਿਆਂ ਦੀ ਡਿਲੇ ਹੋਈਆਂ, ਲੇਕਿਨ ਉਹਦੇ 'ਚ ਮੈਂ ਤੁਹਾਨੂੰ ਰਿਐਲਿਟੀ ਦੱਸਦਾ ਕੀ ਹੈ, ਪਹਿਲੇ ਉਹ ਤੁਹਾਨੂੰ ਸਿਨੈਰੀਓ ਸਮਝਣਾ ਬਹੁਤ ਜ਼ਰੂਰੀ ਹੈ। ਹੁਣ ਲਾਸਟ ਇਨਟੇਕ ਨਿਕਲ ਕੇ ਗਿਆ, ਜਨਵਰੀ ਇਨਟੇਕ, ਹੁਣ ਮਈ ਇਨਟੇਕ ਦੇ ਵਿੱਚ ਜਿਹੜੀ ਕਿ ਯੂਨੀਵਰਸਿਟੀਜ਼ ਨੇ ਔਫਰ ਲੈਟਰ ਸਟਾਰਟ ਕੀਤੀਆਂ, ਉਹ ਨੀਅਰ ਅਬਾਊਟ 15-25 ਤੋਂ ਸਟਾਰਟ ਕੀਤੀਆਂ। ਠੀਕ ਹੈ, ਸੋ ਬੱਚੇ ਜਿਹੜੇ ਕਿ ਜਨਵਰੀ ਇਨਟੇਕ ਦੇ ਵਿੱਚ ਨਹੀਂ ਅਪਲਾਈ ਕਰ ਪਾਏ, ਏਜੰਟਸ ਨੇ ਕਿਹਾ ਕਿ ਤੁਹਾਨੂੰ ਗੋ ਮਾਰ ਮਈ ਇਨਟੇਕ ਮਿਲੇਗਾ, ਅਪ੍ਰੈਲ ਇਨਟੇਕ ਮਿਲੇਗਾ, ਲੇਕਿਨ ਔਫਰ ਲੈਟਰ ਜਿਹੜੀ ਬੱਚੇ ਨੂੰ ਮਿਲੇਗੀ ਉਹ ਨੀਅਰ ਅਬਾਊਟ ਫੈਬ ਐਂਡ ਤੋਂ ਜਾਂ ਮਾਰਚ ਦੇ ਫਸਟ ਵੀਕ ਤੋਂ ਸਟਾਰਟ ਹੋਣਗੀਆਂ ਮਿਲਣੀਆਂ। ਠੀਕ ਹੈ, ਸੋ ਲੇਕਿਨ ਬੱਚਿਆਂ ਨੂੰ ਇਹ ਹੈ ਕਿ ਮੇਰੀਆਂ ਔਫਰਸ ਨਹੀਂ ਆ ਰਹੀਆਂ, ਸ਼ਾਇਦ ਅਸੀਂ ਗਲਤ ਅਪਲਾਈ ਕੀਤਾ, ਅਸੀਂ ਗਲਤ ਕੰਪਨੀ ਤੋਂ ਅਪਲਾਈ ਕਰ ਲਿੱਤਾ। ਇਹ ਜਿਸ ਕੰਪਨੀ ਦਾ ਵੀ ਤੁਸੀਂ ਅਪਲਾਈ ਕੀਤਾ, ਹਰ ਕੰਪਨੀ ਤੋਂ ਤੁਹਾਨੂੰ ਆਫਰ ਲੈਟਰਸ ਜਿਹੜੀਆਂ ਮਿਲਣਗੀਆਂ ਮਾਰਚ ਦੇ ਫਸਟ ਵੀਕ ਤੋਂ, ਤੁਹਾਨੂੰ ਸਮੂਥਲੀ ਸਾਰਾ ਕੁਝ ਮਿਲਣੀਆਂ ਸਟਾਰਟ ਹੋ ਜਾਣਗੀਆਂ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਜੀ ਮੈਮ ਮੇਰੀ ਪਲੱਸ 2 2013 ਦੀ ਹੈਗੀ ਆ 60% ਮਾਰਕਸ ਨੇ ਮੇਰੇ ਉਹਦੇ ਵਿੱਚੋਂ ਜੀ ਔਰ ਇੰਗਲਿਸ਼ ਹਾਂਜੀ ਤੋਂ ਬਾਅਦ ਮੈਂ ਇੰਗਲਿਸ਼ ਵਿੱਚ ਤੁਹਾਡੇ ਬੱਚੇ ਇੰਗਲਿਸ਼ ਵਿੱਚ ਕਿੰਨੇ ਪਰਸੈਂਟ ਮਾਰਕਸ ਹੈ ਤੁਹਾਡੇ 65% ਮਾਰਕਸ ਨੇ ਮੇਰੇ ਉਹਦੇ ਵਿੱਚੋਂ 65 ਇੰਗਲਿਸ਼ ਵਿੱਚ ਤੁਹਾਡੇ 65 ਔਰ ਓਵਰਆਲ ਤੁਹਾਡੇ 60 ਹੈ ਹਾਂਜੀ ਸਰ ਅੱਛਾ 2013 ਤੋਂ ਬਾਅਦ ਤੁਸੀਂ ਕੀ ਕੀਤਾ ਸਰ ਮੈਂ ਕੰਮ ਕਰ ਰਿਹਾ ਸਰ ਮੈਂ ਉਹਦਾ ਐਲਐਸ ਵੀ ਕੀਤੀ ਹੈ ਮੇਰੇ 5.5 ਬੈਂਡ ਹੈਗੇ ਨੇ ਮੇਰੇ 5.5 ਬੈਂਡ ਹੈ ਓਵਰਆਲ ਤੁਹਾਡੇ 5.5 ਬੈਂਡ ਔਰ ਨੋ ਲੈਸ ਦੈਨ ਤੇ ਸਰ ਮੈਂ ਨਾ ਪਹਿਲਾਂ ਐਕਚੁਅਲੀ ਕੈਨੇਡਾ ਦਾ ਵੀ ਲਵਾਇਆ ਸੀ ਉਹ ਤੇ ਮੇਰੀ ਰਿਫਿਊਜ਼ਲ ਆਈ ਹੋਈ 2017 ਦੀ 17 ਵਿੱਚ ਰਿਫਿਊਜ਼ਲ ਆਈ ਹੈ 17 ਦੇ ਰਿਫਿਊਜ਼ਲ ਬੱਚੇ ਤੁਸੀਂ ਕੰਮ ਕਰੋ ਕਿ ਹੈ ਤੁਸੀਂ ਇੱਕ ਵਾਰੀ ਆਫਿਸ ਪਲੀਜ਼ ਵਿਜ਼ਿਟ ਕਰਨਾ ਕਿਉਂਕਿ ਤੁਹਾਡੀ ਪ੍ਰੋਫਾਈਲ ਮੈਨੂੰ ਪ੍ਰੋਪਰ ਚੈੱਕ ਕਰਨੀ ਪਏਗੀ ਠੀਕ ਹੈ ਤੁਸੀਂ ਜਲੰਧਰ ਸਾਡੇ ਆਫਿਸ ਵਿਜ਼ਿਟ ਕਰਕੇ ਮੈਨੂੰ ਖੁਦ ਮਿਲ ਸਕਦੇ ਹੋ ਆਪਣੇ ਓਰੀਜਨਲ ਡਾਕੂਮੈਂਟ ਜ਼ਰੂਰ ਨਾਲ ਲੈ ਕੇ ਆਣਾ ਆਪਣੇ ਪੇਰੈਂਟਸ ਨੂੰ ਲੈ ਕੇ ਆਣਾ ਡੈਫੀਨਿਟਲੀ ਮੈਂ ਤੁਹਾਨੂੰ ਵੀਜ਼ਾ ਲੈ ਕੇ ਦਾਂਗਾ ਜੀ ਸੋ 2013 ਪਾਸ ਆਊਟ ਜੀ 60% ਨੰਬਰ ਬਟ ਅੰਗਰੇਜ਼ੀ ਜੋ ਪੈਂਟ ਮੈਂ ਕਲੀਅਰ ਕਰਦਾ ਇਸ ਤਰ੍ਹਾਂ ਜਿਹੜੀਆਂ ਪ੍ਰੋਫਾਈਲਸ ਹੈ ਨਾ ਇਹ ਯੂਨੀਵਰਸਿਟੀਜ਼ ਨੂੰ ਚੂਜ਼ੀ ਹੋ ਚੁੱਕੀਆਂ ਸੋ ਅਗਰ ਤੁਸੀਂ ਬੱਚੇ ਹੋ ਘਰ ਬੈਠੇ ਪ੍ਰੋਗਰਾਮ ਦੇਖ ਰਹੇ ਹੋ ਮੈਂ ਤੁਹਾਨੂੰ ਬਹੁਤ ਅੱਛੀ ਇਨਫੋਰਮੇਸ਼ਨ ਦੇਣ ਜਾ ਰਿਹਾ ਜਿਹੜੇ ਬੱਚਿਆਂ ਦਾ ਗੈਪ ਅਪ ਟੂ 4 to 5 ਈਅਰਸ ਤੱਕ ਹੈ ਉਹ ਬੱਚਿਆਂ ਨੂੰ ਮੇਰੀ ਅਨਟੇਕ ਨਹੀਂ ਮਿਲੇਗਾ ਵੈਰੀ ਫਰੈਂਕਲੀ ਨਹੀਂ ਮਿਲੇਗਾ ਜਿਹਨਾਂ ਦੀ 10+2 ਕੁਆਲੀਫਿਕੇਸ਼ਨ ਹੈ ਜਿਹੜੇ ਗ੍ਰੈਜੂਏਟ ਹੈ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਹੈ ਉਹ ਬੱਚਿਆਂ ਨੂੰ ਸਪਟੈਂਬਰ ਅਨਟੇਕ ਮਿਲੇਗਾ ਲੇਕਿਨ ਸਪਟੈਂਬਰ ਅਨਟੇਕ ਦੇ ਵਿੱਚ ਵੀ ਤੁਹਾਨੂੰ ਅਸੀਂ ਬਿਨਾਂ ਇੰਟਰਵਿਊ ਤੋਂ ਯੂਨੀਵਰਸਿਟੀ ਸੀ ਤੁਹਾਨੂੰ ਆਫਰ ਲੈਟਰ ਤਾਂ ਲੈ ਦਾਂਗੇ ਵੀਜ਼ਾ ਵੀ ਲੈ ਦਾਂਗੇ ਲੇਕਿਨ ਸਟੱਡੀ ਤੁਸੀਂ ਕਰਨੀ ਹੈ ਦੇਖੋ ਵੀਜ਼ਾ ਲੈ ਕੇ ਦੇਣਾ ਸਾਡਾ ਕੰਮ ਹੈ ਲੇਕਿਨ ਤੁਸੀਂ ਆਪਣੇ ਲੱਖਾਂ ਰੁਪਏ ਖਰਚ ਕੇ ਜਾਣਾ ਹੈ ਸਿਰਫ ਇਹ ਸੋਚ ਕੇ ਕਿ ਮੈਨੂੰ ਵੀਜ਼ਾ ਮਿਲ ਜਾਏ ਮੈਂ ਕਹਾਂਗਾ ਬਿਲਕੁਲ ਗਲਤ ਹੈ ਅਗਰ ਤੁਹਾਨੂੰ ਇਹ ਸ਼ੋਰਟੀ ਮਿਲ ਰਹੀ ਹੈ ਤੁਹਾਨੂੰ ਵੀਜ਼ਾ ਮਿਲੇਗਾ ਲੇਕਿਨ ਜਦ ਤੱਕ ਤੁਹਾਡੇ ਕੋਲ ਟਾਈਮ ਹੈ ਅਗਰ ਮੈਂ ਸਪਟੈਂਬਰ ਅੰਡੇਕ ਦੀ ਗੱਲ ਕਰਾਂ ਉਹ ਬੱਚਿਆਂ ਦਾ ਜਿਹਨਾਂ ਦਾ ਗੈਪ ਬਹੁਤ ਜ਼ਿਆਦਾ 4-5 ਸਾਲ ਤੋਂ ਜ਼ਿਆਦਾ ਗੈਪ ਹੈ 10+2 ਦੇ ਵਿੱਚ ਉਹ ਬੱਚੇ ਨਾਲ ਦੇ ਨਾਲ ਆਪਣੇ ਇੰਗਲਿਸ਼ ਦੀਆਂ ਆਇਲਸ ਜਾਂ ਸਪੋਕਨ ਦੀਆਂ ਕਲਾਸਿਸ ਜ਼ਰੂਰ ਅਟੈਂਡ ਕਰੋ ਤਾਂ ਕਿ ਉੱਥੇ ਜਾ ਕੇ ਤੁਹਾਨੂੰ ਸਟੱਡੀ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਤੁਹਾਨੂੰ ਜੋਬ ਸਰਚ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਕਿਉਂਕਿ ਇੱਥੋਂ ਦੇਖੋ ਤੁਹਾਡੇ ਪੇਰੈਂਟਸ ਨੇ ਕਿਸੇ ਤਰ੍ਹਾਂ ਨਾਲ ਤੁਹਾਨੂੰ 6 ਮੰਥ ਦੀ ਫੀਸ ਪੇ ਕਰਕੇ ਤੁਹਾਨੂੰ UK ਭੇਜ ਦਿੱਤਾ 6 ਮੰਥ ਬੱਚੇ ਨੂੰ ਪਤਾ ਨਹੀਂ ਚੱਲਣਾ ਕਦੋਂ ਉੱਥੇ ਨਿਕਲ ਗਏ ਤੁਹਾਡੇ ਔਰ ਤੁਹਾਨੂੰ ਨੈਕਸਟ ਅੰਡੇਕ ਦੀ ਜਿਹੜੀ ਫੀਸ ਤਾਂ ਹੀ ਤੁਸੀਂ ਪੇ ਕਰ ਪਾਓਗੇ ਅਗਰ ਤੁਹਾਡੇ ਹੱਥ ਵਿੱਚ ਜੋਬ ਹੋਏਗੀ ਸੋ ਬਹੁਤ ਜ਼ਰੂਰੀ ਹੈ ਕਿ ਤੁਸੀਂ ਇੱਥੋਂ ਆਪਣੇ ਸਕਿੱਲਸ ਇੰਪਰੂਵ ਕਰਕੇ ਜਾਓ ਤਾਂ ਕਿ ਉੱਥੇ ਜਾ ਕੇ ਆਲਰੇਡੀ ਤੁਹਾਡੇ ਪੇਰੈਂਟਸ ਨੇ ਬੜੀ ਮੁਸ਼ਕਲ ਦੇ ਨਾਲ 7-8-10 ਲੱਖ ਰੁਪਏ ਤੁਹਾਡੇ ਦੇ ਸਪੈਂਡ ਕਰਕੇ ਤੁਹਾਨੂੰ UK ਭੇਜਿਆ ਔਰ ਮੇਰੀ ਇਹ ਤੁਹਾਨੂੰ ਇਹ ਇਨਫੋਰਮੇਸ਼ਨ ਹੈ ਕੰਮ ਦੀ ਕੋਈ ਦਿੱਕਤ ਨਹੀਂ ਹੈ UK ਕੰਮ ਬਹੁਤ ਹੈ ਬਹੁਤ ਈਜ਼ੀ ਮਿਲ ਰਿਹਾ ਲੇਕਿਨ ਸਿਰਫ ਉਹ ਬੱਚਿਆਂ ਨੂੰ ਜਿਹਨਾਂ ਦੇ ਕਮਿਊਨੀਕੇਸ਼ਨ ਸਕਿੱਲ ਥੋੜੇ ਅੱਛੇ ਹੈ ਜੀ ਨਹੀਂ ਫਿਰ ਤੁਸੀਂ ਇੰਪਰੂਵ ਕਰਕੇ ਜਾਓ ਹੁਣ ਤੁਸੀਂ ਸੁਜੈਸਟ ਕਰਦੇ ਹੋ ਵੀ ਆਇਲਟਸ ਵਾਲਿਆਂ ਨੂੰ ਹੀ ਫਿਰ ਅਪਲਾਈ ਕਰਨ ਦੇ ਵਿੱਚ ਫਾਇਦਾ ਹੈ ਦੇਖੋ ਓਨੈਸਟਲੀ ਅਗਰ ਮੈਂ ਗੱਲ ਕਰਾਂ ਤਾਂ ਬੱਚਿਆਂ ਨੂੰ ਉਹੀ ਬੱਚਿਆਂ ਨੂੰ ਅਬਰੋਡ ਦੇ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ ਚਾਹੇ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ US ਯੂਰਪ ਦੀਆਂ ਜਿੰਨੀਆਂ ਕੰਟਰੀਜ਼ ਹੈ ਇੰਗਲਿਸ਼ ਆਉਂਦੀ ਹੋਵੇ ਥੋੜਾ ਬਹੁਤਾ ਤੁਸੀਂ ਕਮਿਊਨੀਕੇਟ ਕਰ ਪਾਓ ਦੇਖੋ ਦੇਖੋ ਇੰਪਰੂਵਮੈਂਟ ਤਾਂ ਬੱਚੇ ਨੂੰ ਆਉਂਦੀ ਹੈ ਕੋਈ ਵੀ ਸਟੂਡੈਂਟ ਹੈ ਨਾ ਠੀਕ ਹੈ ਕੋਈ 12th ਚ +2 ਦੇ ਵਿੱਚ ਹੈ ਜੋ ਤੁਸੀਂ 2-3 ਸਾਲ ਸਟੱਡੀ ਕਰਦੇ ਹੋ ਉਸ ਤੋਂ ਬਾਅਦ ਇੰਪਰੂਵਮੈਂਟ ਤੁਹਾਡੀ ਆਪਣੇ ਆਪ ਆਉਂਦੀ ਹੈ ਦੇਖੋ ਕੁਝ ਤੁਹਾਡੇ ਕੋਲ ਅਗਰ ਹੈ ਦੈਨ ਤੁਸੀਂ ਤਾਂ ਹੀ ਉੱਥੇ ਜਾ ਕੇ ਕੁਝ ਹੋਰ ਸਟੱਡੀ ਕਰ ਪਾਓਗੇ ਅਗਰ ਤੁਸੀਂ ਬਿਲਕੁਲ ਹੀ ਨਹੀਂ ਇੰਗਲਿਸ਼ ਬੋਲ ਪਾ ਰਹੇ ਤੁਸੀਂ ਆਪਣੇ ਗਲਤ ਫੇਕ ਡਾਕੂਮੈਂਟ ਬਣਾ ਕੇ ਬੜੇ ਬੱਚੇ ਇਸ ਤਰ੍ਹਾਂ ਦੇ ਕੰਮ ਕਰਦੇ ਆ ਗਲਤ ਡਾਕੂਮੈਂਟ ਬਣਾ ਕੇ ਬਹੁਤ ਸਾਰੀ ਕੰਪਨੀਜ਼ ਹੈ ਜਿਹੜੇ ਤੁਹਾਨੂੰ ਇਦਾਂ ਦੀਆਂ ਐਡ ਕਰ ਰਹੇ ਨੇ ਕਿ ਸਾਡੇ ਕੋਲ ਆਓ ਪਾਸਪੋਰਟ ਲੈ ਕੇ ਆਓ ਤੁਹਾਨੂੰ ਅਸੀਂ ਵੀਜ਼ਾ ਲੈ ਕੇ ਦੇ ਦਾਂਗੇ ਵੀਜ਼ਾ ਚਾਹੇ ਤੁਹਾਨੂੰ ਲੈ ਵੀ ਦੇਣ ਲੇਕਿਨ ਉਹ ਵੀਜ਼ੇ ਦਾ ਕੋਈ ਬੈਨੀਫਿਟ ਨਹੀਂ ਹੈ ਉੱਥੇ ਜਾ ਕੇ ਇਨਲੀਗਲ ਰਹਿ ਕੇ ਕੰਮ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਮੈਂ ਉਹੀ ਬੱਚਿਆਂ ਨੂੰ ਐਡਵਾਈਸ ਕਰਾਂਗਾ ਜਿਹੜੇ ਬੱਚਿਆਂ ਦੇ ਐਟਲੀਸਟ 65% ਮਾਰਕਸ ਇੰਗਲਿਸ਼ ਦੇ ਵਿੱਚ ਆਏ ਨੇ ਉਹੀ ਬੱਚੇ UK ਪਲੱਸ ਜੀ ਨੈਕਸਟ ਕਾਲਰ ਹੈਲੋ ਹੈਲੋ ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਮੈਂ ਇਹ ਪੁੱਛਣਾ ਸੀਗਾ ਕਿ ਜਿੱਦਾਂ ਮੇਰੇ ਬ੍ਰਦਰ ਦੀ ਫਾਈਲ ਹੈਗੀ ਆ ਉਹਨਾਂ ਨੇ BCOM ਕੀਤੀ ਹੋਈ ਆ 65% ਓਵਰਆਲ ਆ 2018 ਪਾਸ ਆਊਟ ਹੈ ਹਾਂਜੀ 6.5 ਈਚ ਉਹਨਾਂ ਦੇ ਸਕੋਰਿੰਗ ਹੈਗੀ ਆ ਉਹ ਕੀ ਉਹਨਾਂ ਦਾ ਕੈਨੇਡਾ ਦਾ ਲੱਗ ਸਕਦਾ ਆ ਡੈਫੀਨੇਟਲੀ ਮੈਮ ਹੋ ਜਾਏਗਾ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਓਰੀਜਨਲ ਡਾਕੂਮੈਂਟਸ ਲੈ ਕੇ ਪਲੀਜ਼ ਉਹਨਾਂ ਨੂੰ ਭੇਜੋ ਇੱਕ ਵਾਰੀ ਆਫਿਸ ਬਟ ਸਰ ਵਨ ਮੋਰ ਕੁਐਸਚਨ ਕਿ ਉਹਨਾਂ ਦੀ ਜਿਹੜੀ ਗ੍ਰੈਜੂਏਸ਼ਨ ਹੈਗੀ ਨਾ ਉਹਨਾਂ ਦੇ DMC ਉੱਪਰ ਲਿਖਿਆ ਹੋਇਆ ਪ੍ਰਾਈਵੇਟ ਕੈਂਡੀਡੇਟ ਬਹੁਤ ਅੱਛਾ ਕੁਐਸਚਨ ਮੈਮ ਫਿਰ ਤੁਸੀਂ ਪੁੱਟ ਕੀਤਾ ਦੇਖੋ ਉਹਦੇ ਵਿੱਚ ਅਪਲਾਈ ਜ਼ਰੂਰ ਹੋ ਜਾਏਗਾ ਲੇਕਿਨ ਟਾਈਮ ਜ਼ਰੂਰ ਲੱਗੇਗਾ ਵੀਜ਼ੇ ਨੂੰ ਕਿਉਂਕਿ ਮੈਂ ਇਹ ਨਹੀਂ ਕਮਿਟ ਕਰਾਂਗਾ ਕਿ ਤੁਹਾਨੂੰ ਵਿਦ ਇਨ ਮੰਥ ਜਾਂ ਵਿਦ ਇਨ 2 ਮੰਥ ਇਸ ਤਰ੍ਹਾਂ ਦੇ ਜਿਹੜੇ ਬੱਚਿਆਂ ਨੇ ਸਟੱਡੀ ਕੀਤੀ ਹੈ ਕੋਰਸਪੋਂਡੈਂਸ ਸਟੱਡੀ ਕੀਤੀ ਹੈ ਉਹ ਬੱਚਿਆਂ ਨੂੰ 6 ਮਹੀਨੇ 7 ਮਹੀਨੇ 8 ਮਹੀਨੇ ਵੀਜ਼ੇ ਅਪਰੂਵ ਨੂੰ ਲੱਗ ਰਿਹਾ ਸੋ ਅਗਰ ਤੁਹਾਡਾ ਡ੍ਰੀਮ ਡੈਸਟੀਨੇਸ਼ਨ ਹੈ ਹੀ ਕੈਨੇਡਾ ਕਿ ਅਗਰ ਤੁਸੀਂ ਜਾਣਾ ਹੀ ਕੈਨੇਡਾ ਚਾਹ ਰਹੇ ਹੋ ਤੇ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਅਗਰ ਤੁਸੀਂ ਚਾਹ ਰਹੇ ਹੋ ਕਿ ਮੈਂ ਇੰਨੀ ਦੇਰ ਆਪਣੀ ਹਾਈ ਕਮਿਸ਼ਨ ਦੇ ਵਿੱਚ ਫਾਈਲ ਲਾਂਚ ਕਰਕੇ ਮੈਂ ਵੇਟ ਨਹੀਂ ਕਰਨਾ ਚਾਹ ਰਿਹਾ ਤੇ ਫਿਰ ਤੁਹਾਡੇ ਕੋਲ UK ਬਹੁਤ ਵਧੀਆ ਆਪਸ਼ਨ ਹੈ UK ਨੀਅਰ ਅਬਾਊਟ ਅਸੀਂ ਵਿਦ ਇਨ 15 to 20 ਡੇਜ਼ ਦੇ ਵਿੱਚ ਤੁਹਾਨੂੰ ਆਫਰ ਲੈਟਰ ਮੰਗਵਾ ਦਾਂਗੇ ਕਿਉਂਕਿ ਹੁਣ ਮੈਂ ਜਿਹੜੀ ਗੱਲ ਕਰ ਰਿਹਾ ਮਾਰਚ ਦੇ ਵਿੱਚ ਬਹੁਤ ਫਾਸਟ ਆ ਰਹੀਆਂ ਫੈਬ ਦੇ ਵਿੱਚ ਬੱਚਿਆਂ ਨੂੰ ਬੜੀਆਂ ਪ੍ਰੋਬਲਮਸ ਆਈਆਂ ਇੱਕ ਇੱਕ ਮੰਥ
ਨੀਅਰ ਅਬਾਊਟ 30-35 ਡੇਸ ਬੱਚਿਆਂ ਨੂੰ ਆਫਰ ਲੈਟਰ ਵਾਸਤੇ ਵੇਟ ਕਰਨੀ ਪਈ, ਲੇਕਿਨ ਇਹਦੇ ਹਰ ਇੱਕ ਏਜੰਟ ਤੋਂ ਵੇਟ ਕਰਨੀ ਪਈ, ਲੇਕਿਨ ਇਹਦੇ ਵਿੱਚ ਏਜੰਟ ਜਾਂ ਕੰਸਲਟੈਂਟ ਦੀ ਕੋਈ ਮਿਸਟੇਕ ਨਹੀਂ ਸੀ, ਕਿਉਂਕਿ ਜੈਨ ਅਨਟੇਕ ਕਲੋਜ਼ ਕਰਨ ਦੇ ਵਿੱਚ ਯੂਨੀਵਰਸਿਟੀਜ਼ ਨੂੰ ਟਾਈਮ ਲੱਗਿਆ। ਦੇਖੋ ਸਾਡੇ ਇੱਥੇ ਮੈਡਮ ਕੀ ਸਿਨੈਰੀਓ ਹੈ ਕਿ ਅਗਰ ਸਾਡਾ ਬਿਜ਼ਨਸ ਇੱਕਦਮ ਬਹੁਤ ਰਾਈਜ਼ ਹੁੰਦਾ ਤਾਂ ਅਸੀਂ ਬਹੁਤ ਜ਼ਿਆਦਾ ਮੈਨ ਪਾਵਰ ਇੰਕਲੂਡ ਕਰ ਲੈਂਦੇ ਹਾਂ, ਹੋਰ ਬੰਦੇ ਇੰਪੋਇੰਟ ਕਰ ਲੈਂਦੇ ਹਾਂ, ਲੇਕਿਨ ਯੂਨੀਵਰਸਿਟੀਜ਼ ਇਸ ਤਰ੍ਹਾਂ ਨਹੀਂ ਕਰਦੀਆਂ। ਉਹਨਾਂ ਦੇ ਡਿਪਾਰਟਮੈਂਟ ਉਹੀ ਨੇ, ਚਾਹੇ ਉਹ ਬਿਜ਼ਨਸ ਬਹੁਤ ਜ਼ਿਆਦਾ ਯੂਨੀਵਰਸਿਟੀਜ਼ ਨੂੰ, ਮੈਂ ਗੱਲ ਕਰਾਂ ਕਿ ਪੰਜਾਬ ਸਾਈਡ ਤੋਂ ਜਾਂ ਇੰਡੀਆ ਤੋਂ ਵੀਜ਼ਾ ਬ੍ਰੈਗਜ਼ਿਟ ਦੇ ਚੱਕਰੇ 'ਚ ਹੁਣ ਬਹੁਤ ਈਜ਼ੀ ਹੋ ਗਿਆ, ਵੀਜ਼ਾ ਬਹੁਤ ਆ ਰਹੇ ਨੇ, ਸਟੂਡੈਂਟਸ ਬਹੁਤ ਵੇਲਿੰਗ ਹੈ ਕਿਉਂਕਿ PSW ਸਟਾਰਟ ਹੋ ਗਿਆ, 2 ਸਾਲ ਦਾ ਵਰਕ ਪਰਮਿਟ ਮਿਲ ਰਿਹਾ, ਬੱਚਿਆਂ ਨੂੰ ਆਪਸ਼ਨ ਹੈ ਕਿ ਮੈਂ 3 ਸਾਲ ਦੀ ਸਟੱਡੀ ਤੋਂ ਬਾਅਦ 2 ਸਾਲ ਦਾ PSW ਮਿਲੇਗਾ। ਫਿਰ ਬੋਰੀ ਜੌਨਸਨ ਜੋ ਪ੍ਰਾਈਮ ਮਿਨਿਸਟਰ ਨੇ ਅਨਾਊਂਸਮੈਂਟ ਕੀਤੀ ਹੈ ਕਿ 2021 ਦੇ ਵਿੱਚ ਜਨਵਰੀ ਦੇ ਵਿੱਚ ਉਹ ਆਪਣਾ ਪੁਆਇੰਟ ਬੇਸ ਸਿਸਟਮ ਵੀ ਅਨਾਊਂਸ ਕਰ ਰਹੇ ਨੇ, ਜਿਹਦੇ ਵਿੱਚ ਬੱਚਿਆਂ ਨੂੰ ਸਟੱਡੀ ਕੰਪਲੀਟ ਕਰਨ ਤੋਂ ਬਾਅਦ PR ਵੀ ਜ਼ਰੂਰ ਮਿਲੇਗੀ। ਸੋ ਇਹ ਵੀ ਇੱਕ ਅਟਰੈਕਸ਼ਨ ਬਣ ਗਈ ਬੱਚਿਆਂ ਦੇ, ਪਹਿਲੇ PSW ਹੁਣ PR ਵੀ। ਜੀ ਜਿੱਥੇ ਕਿ ਸਭ ਤੋਂ ਟਫ ਅਸੀਂ ਕਹਿੰਦੇ ਹਾਂ ਵੀ ਹਾਂਜੀ UK ਦੀ ਪਤਾ ਨਹੀਂ PR ਮਿਲਣੇ ਆ ਜਾਂ ਨਹੀਂ। ਹੈਲੋ ਹੈਲੋ ਹਾਂਜੀ ਮੈਡਮ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਮੈਮ, ਮੈਂ ਵਿਸ਼ਾਲੀ ਕਪੂਰਥਲਾ ਤੋਂ। ਹਾਂਜੀ ਮੈਡਮ। ਹਾਂਜੀ ਮੈਂ ਨਾ ਜਿੱਦਾਂ ਗ੍ਰੈਜੂਏਸ਼ਨ ਕੀਤੀ ਹੋਈ ਆ। ਕਿਹੜੇ ਸਾਲ? ਮੈਮ ਮੇਰੀ ਗ੍ਰੈਜੂਏਸ਼ਨ ਹੈਗੀ ਆ 2012 ਦੀ। ਠੀਕ ਹੈ ਜੀ। ਹਾਂਜੀ ਤੇ ਪਰ ਗ੍ਰੈਜੂਏਸ਼ਨ ਚੋਂ ਪਰਸੈਂਟੇਜ ਮੇਰੀ ਹੈਗੀ ਆ 55.6 ਬਣ ਰਹੀ ਆ, ਵੈਸੇ 56 ਕਹਿ ਸਕਦੇ ਹੋ ਤੁਸੀਂ। ਚਲੋ ਠੀਕ ਹੈ ਠੀਕ ਹੈ। ਤੇ ਮੈਂ ਸਪਾਊਸ ਕੇਸ ਮੇਰਾ ਹੋ ਸਕਦਾ ਮੈਮ? ਆਇਲਸ ਕੀਤੀ ਹੈ ਜੀ। ਬੇਫਿਕਰ ਹੋ ਕੇ ਮੈਡਮ ਆਫਿਸ ਆ ਜਾਓ, ਆਪਣੇ ਹਸਬੈਂਡ ਨੂੰ ਨਾਲ ਲੈ ਕੇ ਆਓ ਤੇ ਗਰੰਟਡ ਤੁਹਾਨੂੰ ਵੀਜ਼ਾ ਮਿਲੇਗਾ। ਠੀਕ ਹੈ ਮੈਮ। ਹੈਲੋ ਕੈਨੇਡਾ ਤੋਂ ਰਿਫਿਊਜ਼ ਹੈ, ਬਹੁਤ ਸਾਰੇ ਬੱਚਿਆਂ ਦਾ ਰਿਫਿਊਜ਼ ਤੋਂ ਬਾਅਦ ਉਹ ਸੋਚਦੇ ਨੇ ਕਿ ਸੈਕਿੰਡ ਆਪਸ਼ਨ ਜਿਹੜੀ ਕਿ ਅਸੀਂ UK ਅਪਲਾਈ ਕਰਨਾ, ਲੇਕਿਨ ਹੁਣ ਤਾਂ ਮੈਂ ਓਨੈਸਟਲੀ ਦੱਸਾਂ ਕਿ ਬੱਚਿਆਂ ਦੀ ਫਸਟ ਆਪਸ਼ਨ ਬਣ ਚੁੱਕੀ ਹੈ, ਲੇਕਿਨ ਇਸ ਤਰ੍ਹਾਂ ਦੇ ਬੱਚੇ ਜਿਹੜੇ ਆਲਰੇਡੀ ਪੈਸਾ ਆਪਣਾ ਖਰਾਬ ਕਰ ਚੁੱਕੇ ਨੇ ਕੈਨੇਡਾ ਤੋਂ, ਆਸਟ੍ਰੇਲੀਆ ਤੋਂ, ਨਿਊਜ਼ੀਲੈਂਡ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ, ਤੁਸੀਂ ਸਾਈਂ ਓਵਰਸੀਜ਼ ਐਜੂਕੇਸ਼ਨ ਸਰਵਿਸ ਤੋਂ ਆਪਣੀ ਫਾਈਲ ਪ੍ਰੋਸੈਸ ਕਰਵਾਉਂਦੇ ਹੋ, ਤੁਹਾਡੇ ਕੋਲ ਕੋਈ ਪੇਮੈਂਟ ਅਸੀਂ ਪਹਿਲੇ ਨਹੀਂ ਲਵਾਂਗੇ, ਸਾਰੀ ਪੇਮੈਂਟ ਤੁਸੀਂ ਸਾਨੂੰ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ। ਇਹ ਬਹੁਤ ਘੱਟ ਕੰਪਨੀਜ਼ ਨੇ, ਬਹੁਤ ਕੰਪਨੀ ਸਾਨੂੰ ਇਹ ਚੀਜ਼ ਦਾ ਮਤਲਬ ਕਹਿਣਗੇ ਕਿ ਸਾਰੀ ਪੇਮੈਂਟ ਆਫਟਰ ਗੈਟਿੰਗ ਵੀਜ਼ਾ, ਲੇਕਿਨ ਜਦੋਂ ਆਫਿਸ ਜਾਓ ਤਾਂ ਪਤਾ ਲੱਗਦਾ ਜੀ ਸਾਡੀ ਪ੍ਰੋਸੈਸਿੰਗ ਵੀਜ਼ਾ ਉਹਦੀ ਗੱਲ ਨੂੰ ਕਿਸ ਤਰ੍ਹਾਂ ਮੋਲਡ ਕਰਦੇ ਆ। ਸਰ ਬਿਲਕੁਲ ਠੀਕ ਕਿਹਾ ਸੀ ਤੁਸੀਂ, ਟੀਵੀ 'ਤੇ ਜਾਂ ਜਿਹੜਾ ਫੇਸਬੁੱਕ 'ਤੇ ਤੁਸੀਂ ਸਾਡੇ ਦੇਖਿਆ ਪ੍ਰੋਗਰਾਮ, ਉਹ ਬਿਲਕੁਲ ਅਸੀਂ ਸਹੀ ਕਹਿ ਰਹੇ ਸੀ, ਸਾਰੀ ਪੇਮੈਂਟ ਵੀਜ਼ਾ ਲੱਗਣ ਤੋਂ ਬਾਅਦ, ਅਸੀਂ ਜਿਹੜੀ ਸਾਡੀ ਫੀਸ ਹੈ ਨਾ, ਸਾਡੀ ਪ੍ਰੋਸੈਸਿੰਗ ਵੀਜ਼, ਅਸੀਂ ਉਹ ਵੀਜ਼ੇ ਤੋਂ ਬਾਅਦ ਲੈ ਰਹੇ ਸੀ। ਥੋੜ੍ਹੀ ਕਿਹਾ ਸੀ ਕਿ ਯੂਨੀਵਰਸਿਟੀ ਦੀ ਫੀਸ ਜਾਂ ਅੰਬੈਸੀ ਦੀ ਫੀਸ ਜਾਂ NHS ਜਿਹੜਾ ਤੁਹਾਡਾ ਉਹ ਅਸੀਂ ਪੇ ਕਰਨਾ, ਲੇਕਿਨ ਸਾਡੀ ਕੰਪਨੀ ਤੁਹਾਨੂੰ ਕਲੀਅਰ ਹੀ ਕਹਿ ਰਹੀ ਹੈ ਕਿ ਤੁਹਾਡੀ ਅੰਬੈਸੀ ਦੀ ਫੀਸ, ਤੁਹਾਡੀ ਐਪਲੀਕੇਸ਼ਨ ਫੀਸ, ਤੁਹਾਡਾ ਹੈਲਥ ਇੰਸ਼ੋਰੈਂਸ, ਤੁਹਾਡੀ ਅੰਬੈਸੀ ਫੀਸ, ਹਰ ਇੱਕ ਪੇਮੈਂਟ ਜਿਹੜੀ ਤੁਹਾਡੀ ਹੈਗੀ ਹੈ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਸਾਨੂੰ ਪੇ ਕਰਨੀ ਹੈ। ਸਿਰਫ ਤੁਸੀਂ ਆਪਣੇ ਓਰੀਜਨਲ ਡਾਕੂਮੈਂਟ ਸਾਨੂੰ ਸਬਮਿਟ ਕਰਵਾਉਣੇ ਹੈ, ਜਿਹੜੇ ਬੱਚਿਆਂ ਦੇ 65% ਮਾਰਕਸ ਇੰਗਲਿਸ਼ ਦੇ ਵਿੱਚ, 60% ਓਵਰਆਲ ਨੇ 10+2 ਵਾਲੇ ਬੱਚੇ, ਜਿਹੜੇ ਬੱਚੇ ਗ੍ਰੈਜੂਏਟ ਨੇ ਜਿਹਨਾਂ ਦੇ 55% ਮਾਰਕਸ ਨੇ, ਤੁਸੀਂ ਸਾਈਂ ਓਵਰਸੀ ਐਜੂਕੇਸ਼ਨ ਸਰਵਿਸ ਵਿਜ਼ਿਟ ਕਰੋ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦਿਓ ਤੇ ਗਰੰਟਡ ਤੁਹਾਨੂੰ ਵੀਜ਼ਾ ਕੰਪਨੀ ਕਿਉਂ ਲੈ ਕੇ ਦੇਗੀ। ਅਗਰ ਤੁਹਾਨੂੰ ਵੀਜ਼ਾ ਨਹੀਂ ਮਿਲਿਆ ਤਾਂ ਸਾਰੇ ਦਾ ਸਾਰਾ ਲੋਸ ਉਸ ਕੰਪਨੀ ਦਾ। ਔਰ ਲੋਸ ਦੇ ਵੀ ਸੁਣ ਲੈਣਾ ਮੈਡਮ, ਅੰਬੈਸੀ ਫੀਸ ਅਗਰ ਮੈਂ ਗੱਲ ਕਰਾਂ ਕਿ ਪਿਓਰਿਟੀ ਦੀ 57,000, ਸੁਪਰ ਪਿਓਰਿਟੀ ਦੀ ਗੱਲ ਕਰਾਂ ਤੇ 1,22,000 ਦਾ ਲੋਸ ਕਿਹਨੂੰ? ਕੰਪਨੀ ਨੂੰ। NHS ਦਾ ਲੋਸ ਕਿਹਨੂੰ? ਕੰਪਨੀ ਨੂੰ। ਯੂਨੀਵਰਸਿਟੀ ਦੀ ਫੀਸ ਜਿਹੜੀ ਕਿ ਕੱਟ ਕੇ ਆਏਗੀ, £500 ਕੱਟ ਕੇ ਆਏਗੀ, ਬਾਕੀ ਰੇਟ ਦਾ ਜੋ ਫਰਕ ਰਹੇਗਾ ਉਹ ਲੋਸ ਕੰਪਨੀ ਨੂੰ। ਠੀਕ ਹੈ। ਨੀਅਰ ਅਬਾਊਟ ਅਗਰ ਮੈਂ ਗੱਲ ਕਰਾਂ, ਨੀਅਰ ਅਬਾਊਟ 180 ਲੱਖ ਤੋਂ ਲੈ ਕੇ ਨੀਅਰ ਅਬਾਊਟ 2 ਲੱਖ ਤੱਕ ਜਿਹੜਾ ਲੋਸ ਹੈ ਉਹ ਕੰਪਨੀ ਦਾ ਹੋਏਗਾ। ਸੋ ਉਹ ਕੰਪਨੀ ਬਹੁਤ ਮਾਰਕੀਟ ਦੇ ਵਿੱਚ ਹੈਗੀਆਂ ਨੇ ਜਿਹੜੀਆਂ ਤੁਹਾਨੂੰ ਇਸ ਤਰ੍ਹਾਂ ਦੇ ਕਹਿਣਗੀਆਂ, ਲੇਕਿਨ ਜਾ ਕੇ ਤੁਹਾਨੂੰ ਮੋਲਡ ਕਰਨਗੀਆਂ ਕਿ ਨਹੀਂ ਤੁਸੀਂ ਪੈਕੇਜ ਦੇ ਵਿੱਚ ਨਾ ਐਨਰੋਲ ਹੋਵੋ ਜਾਂ ਪੈਕੇਜ ਦੇ ਵਿੱਚ ਤੁਹਾਨੂੰ ਜ਼ਿਆਦਾ ਪੈਸੇ ਦੇਣੇ ਪੈ ਰਹੇ ਆ। ਤੁਸੀਂ ਇੱਕ ਵਾਰੀ ਸਾਈਂ ਓਵਰਸੀਜ਼ ਦੇ ਵਿਜ਼ਿਟ ਕਰੋ, ਪ੍ਰੋਪਰ ਪੈਕੇਜ ਨੂੰ ਸਮਝੋ। ਉਹ ਜਿਹੜੇ ਵਿਦਾਊਟ ਪੈਕੇਜ ਕਹਿ ਰਹੇ ਨੇ ਉਹਨਾਂ ਕੋਲ ਖਰਚਾ ਬਣਾ ਕੇ ਆਓ, ਮੇਰੇ ਕੋਲ ਸੇਮ ਉਸੇ ਯੂਨੀਵਰਸਿਟੀਜ਼ ਦੀ ਉਨੇ ਟਾਈਮ ਦੀ ਫੀਸ ਅਸੀਂ ਤੁਹਾਨੂੰ ਪੇ ਕਰਾਂਗੇ, ਤੁਸੀਂ ਖੁਦ ਡਿਫਰੈਂਸ ਦੇਖਣਾ ਤੁਹਾਡਾ ਕਿੰਨਾ। ਤੇ ਮੈਂ ਤੁਹਾਨੂੰ ਡੈਮ ਸ਼ੋਰ ਇਸ ਦੀ ਗਰੰਟੀ ਦੇ ਸਕਦਾ ਕਿ ਤੁਸੀਂ ਇਹ ਪ੍ਰੈਫਰ ਕਰੋਗੇ ਕਿ ਮੈਂ ਪੈਕੇਜ ਦੇ ਵਿੱਚ ਹੀ ਇਨਰੋਲ ਹੋਵਾਂ, ਕਿਉਂਕਿ ਤੁਹਾਡੀ ਜਿਹੜੀ ਪੇਮੈਂਟ ਹੈ ਵੀਜ਼ਾ ਲੱਗਣ ਤੋਂ ਬਾਅਦ ਤੁਸੀਂ ਪੇ ਕਰਨੀ ਹੈ। ਜੀ ਅੱਛਾ, UK ਨੂੰ ਲੈ ਕੇ ਜਦੋਂ ਤੱਕ ਕੈਸ਼ ਲੈਟਰ ਸਾਡੇ ਕੋਲ ਨਹੀਂ ਆਏਗਾ ਉਦੋਂ ਤੱਕ ਵੀਜ਼ਾ ਗ੍ਰਾਂਟ ਨਹੀਂ ਹੋਏਗਾ?
ਡੈਫੀਨੇਟਲੀ ਮੈਮ, ਕਿਉਂਕਿ ਪ੍ਰੋਸੈਸ ਕੀ ਹੈ, ਜਿਹੜਾ ਪ੍ਰੋਸੈਸ ਹੈ ਯੂਨੀਵਰਸਿਟੀਜ਼ ਐਂਡ ਤੋਂ, ਮੈਂ ਵੀ ਆਪਣੇ ਬੈਠਦਾ ਜਦੋਂ ਆਫਿਸ ਦੇ ਵਿੱਚ ਕਲਾਇੰਟਸ ਕਈ ਵਾਰੀ ਮਿਲਦੇ ਆ ਸਰ ਕਿ ਮੈਨੂੰ 15 ਡੇਜ਼ ਹੋ ਗਏ ਆ, 12 ਡੇਜ਼ ਹੋ ਗਏ, ਮੇਰੀ ਆਫਰ ਲੈਟਰ ਨਹੀਂ ਆਈ, ਤਾਂ ਮੈਂ ਬੱਚਿਆਂ ਨੂੰ ਇਹੀ ਕਾਉਂਸਲਿੰਗ ਕਰਦਾ ਕਿ ਬੱਚੋ ਆਫਰ ਨੂੰ ਟਾਈਮ ਲੱਗ ਰਿਹਾ, ਵੈਰੀ ਓਨੈਸਟਲੀ, ਜਿਹੜੇ ਕਿ ਮਈ ਅੰਡੇਕ ਦੇ ਬੱਚੇ ਨੇ, ਮੈਂ ਸਪਟੈਂਬਰ ਅੰਡੇਕ ਵਾਸਤੇ ਗੱਲ ਨਹੀਂ ਕਰ ਰਿਹਾ, ਸਪਟੈਂਬਰ ਅੰਡੇਕ ਦੇ ਤੁਸੀਂ ਅਪਲਾਈ ਕਰੋਗੇ ਤੁਹਾਨੂੰ ਵਿਦ ਇਨ 10 ਡੇਜ਼ ਸਪਟੈਂਬਰ ਅੰਡੇਕ ਦੀ ਅਸੀਂ ਆਫਰ ਲੈਟਰ ਹੁਣੀ ਤੁਹਾਨੂੰ ਮਾਰਚ ਮੰਥ ਵਿੱਚ ਹੀ ਲੈ ਕੇ ਦੇ ਦਾਂਗੇ, ਲੇਕਿਨ ਜਿਹੜੇ ਬੱਚਿਆਂ ਨੂੰ ਮਈ ਅੰਡੇਕ ਚਾਹੀਦਾ, ਕਿਉਂਕਿ ਮਈ ਅੰਡੇਕ ਜ਼ਿਆਦਾ ਤੋਂ ਜ਼ਿਆਦਾ 3 ਜਾਂ 4 ਯੂਨੀਵਰਸਿਟੀਜ਼ ਕੋਲ ਸੀਟਸ ਹੈ, ਉਹ 3-4 ਯੂਨੀਵਰਸਿਟੀਜ਼ ਬਹੁਤ ਜ਼ਿਆਦਾ ਚੂਜ਼ੀ ਹੈ, ਫੋਰ ਐਗਜ਼ਾਮਪਲ 2 ਸਟੂਡੈਂਟ ਹੈ, ਇੱਕ ਬੱਚੇ ਦੀ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਹੈ, ਦੂਸਰੇ ਬੱਚੇ ਦੀ ਗ੍ਰੈਜੂਏਸ਼ਨ ਹੈ, ਲੇਕਿਨ ਇੱਕ ਬੱਚੇ ਦਾ ਜਿਹੜਾ ਅਕੈਡਮਿਕ ਕੁਆਲੀਫਿਕੇਸ਼ਨ ਦੇ ਵਿੱਚ ਗੈਪ ਹੈ ਉਹ 1 ਈਅਰ ਦਾ, ਦੂਸਰੇ ਬੱਚੇ ਦਾ ਗੈਪ ਜਿਹੜਾ ਹੈਗਾ 5-6 ਈਅਰਸ ਹੈ, ਹੁਣ ਆਫਰ ਲੈਟਰ ਕਿਹਨੂੰ ਜਲਦੀ ਮਿਲੇਗੀ ਜਿਹਦਾ ਕਿ 1 ਈਅਰ ਦਾ ਗੈਪ ਹੈ, ਸੋ ਦੂਸਰੇ ਬੱਚੇ ਨੂੰ ਵੇਟ ਕਰਨੀ ਪੈਗੀ, ਜਦੋਂ ਅੱਛੀਆਂ ਪ੍ਰੋਫਾਈਲਸ ਨੂੰ ਉਹ ਪਿਓਰਿਟੀ ਤੇ ਨਿਕਾਲਦੇ ਆ, ਜਿਵੇਂ ਕਿ ਐਮਬੈਸੀ ਦੇ ਵਿੱਚ ਜਿਹੜੇ ਫਾਈਲਸ ਆਉਂਦੇ ਨਾ, ਅਸੀਂ ਕਈ ਵਾਰੀ ਦੇਖਦੇ ਹਾਂ ਕਿ ਕੋਈ ਬੱਚਾ ਕਹਿੰਦਾ ਸਰ ਮੇਰੇ ਫਰੈਂਡ ਦਾ ਵੀਜ਼ਾ ਲੱਗਾ ਸੀ, ਉਹਨੇ ਫਲਾਨੀ ਕੰਪਨੀ ਕੋਲ ਐਗਜ਼ਾਮਪਲ ਦੇ ਰਿਹਾ, ਫਲਾਨੀ ਕੰਪਨੀ ਕੋਲ ਲਗਾਇਆ ਸੀ ਸਰ, ਉਹਦਾ ਵੀਜ਼ਾ 10 ਡੇਜ਼ 'ਚ ਆ ਗਿਆ, ਸਰ ਮੇਰਾ 2 ਮੰਥ ਹੋ ਗਿਆ ਮੇਰਾ ਵੀਜ਼ਾ ਨਹੀਂ ਆਇਆ, ਉਹਦੇ ਵਿੱਚ ਸਿਨੈਰੀਓ ਕੀ ਹੁੰਦਾ ਕਿ ਅੱਛੀ ਪ੍ਰੋਫਾਈਲਸ ਦੇ ਵੀਜ਼ਾ ਆਫੀਸਰ ਜਲਦੀ ਵੀਜ਼ਾ ਅਪਰੂਵ ਕਰ ਦਿੰਦਾ, ਕਿਉਂਕਿ ਉਹਦੇ ਕੋਲ ਕੋਈ ਚੀਜ਼ ਨਹੀਂ ਹੁੰਦੀ ਜਿਹਨੂੰ ਉਹ ਕ੍ਰੋਸ ਵੈਰੀਫਾਈ ਕਰੇ, ਹੁਣ ਅਗਰ ਤੁਹਾਡਾ ਗੈਪ ਹੈ, ਗੈਪ ਦੇ ਵਿੱਚ ਤੁਸੀਂ ਜਸਟੀਫਿਕੇਸ਼ਨ ਲਗਾਈ ਹੈ, ਡਿਪਲੋਮਾ ਲਗਾਇਆ, ਐਕਸਪੀਰੀਅੰਸ ਲਗਾਇਆ, ਫਿਰ ਉਹ ਹਰ ਚੀਜ਼ ਦੀ ਵੈਰੀਫਿਕੇਸ਼ਨ ਕਰਨੀ ਹੈ, ਉਸ ਚੀਜ਼ ਨੂੰ ਟਾਈਮ ਲੱਗਣਾ, ਹੁਣ ਇੰਡੀਆ ਦੇ ਵਿੱਚ ਇਹ ਤਾਂ ਹੈ ਨਹੀਂ ਕਿ ਕਿਸੇ ਨੇ ਮੇਲ ਕੀਤੀ ਯੂਨੀਵਰਸਿਟੀ ਨੂੰ, ਯੂਨੀਵਰਸਿਟੀ ਨੇ ਮੇਲ ਕੀਤੀ ਹੈ ਜਾਂ ਵੀਜ਼ਾ ਆਫੀਸਰ ਨੇ ਮੇਲ ਕੀਤੀ ਹੈ ਕਿਸੇ ਵੀ ABC ਕੰਪਿਊਟਰ ਸੈਂਟਰ ਨੂੰ, ਤਾਂ ਉਹਨੇ ਸੇਮ ਡੇ ਰਿਵਰਟ ਕਰ ਦੇਣਾ, ਸੋ ਬੈਂਕ ਨੂੰ ਮੇਲ ਕੀਤੀ ਹੈ ਫੰਡਸ ਦੀ, ਬੈਂਕ ਵੀ ਕਈ ਵਾਰੀ 7-7, 10-10 ਡੇਜ਼ ਲਗਾ ਦਿੰਦੇ ਰਿਵਰਟ ਕਰਨ ਨੂੰ, ਸੋ ਦੈਟਸ ਵਾਈ ਜਿਹੜੀ ਕਿ ਰੀਸੈਂਟ ਪ੍ਰੋਫਾਈਲ ਹੁੰਦੀ ਹੈ ਉਹਦਾ ਵੀਜ਼ਾ ਬਹੁਤ ਜਲਦੀ ਅਪਰੂਵ ਹੁੰਦਾ ਜੀ, ਸੋ UK ਸਟੱਡੀ ਵੀਜ਼ਾ ਸੀ, ਜਲਦੀ ਦੇ ਨਾਲ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਲਾਈਵ ਪ੍ਰੋਗਰਾਮ ਦੇ ਵਿੱਚ ਆਪਣਾ ਸਵਾਲ ਜਿਹੜਾ ਹੈਗਾ ਸਾਂਝਾ ਕਰ ਸਕਦੇ ਹੋ ਜੀ। ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਆਈ ਓਵਰਸੀਜ਼ ਤੋਂ ਮਿਸਟਰ ਬਲਜਿੰਦਰ ਸਿੰਘ ਸਹਿਗਲ। ਸੋ ਟਾਈਮ ਟੂ ਟਾਈਮ ਨਾ, ਯਾਨੀ ਕਿ ਜਿਹੜੀ ਵੀ ਕੰਟਰੀ ਦੇ ਵੀਜ਼ੇ ਆ ਰਹੇ ਹੁੰਦੇ ਨੇ ਜਾਂ ਪਤਾ ਹੁੰਦਾ ਵੀ ਹਾਂਜੀ ਹੁਣ ਰੁਝਾਨ ਜਿਹੜਾ ਹੈਗਾ ਇਸ ਕੰਟਰੀ ਦਾ, ਸੋ ਅਕੋਰਡਿੰਗ ਟੂ ਦੈਟ ਤੁਹਾਨੂੰ ਜਿਹੜਾ ਹੈਗਾ ਜੀ ਸੁਜੈਸਟ ਕੀਤਾ ਜਾਂਦਾ ਕਿ ਹਾਂਜੀ ਤੁਹਾਨੂੰ ਅਪਲਾਈ ਕਰਨ ਦੇ ਵਿੱਚ ਫਾਇਦਾ ਮਿਲੇਗਾ। ਜਿੱਦਾਂ ਪਹਿਲਾ ਕਾਲਰ ਸੀ ਜਿਹਨਾਂ ਨੇ ਕਿਹਾ ਵੀ ਮੈਂ ਗ੍ਰੈਜੂਏਸ਼ਨ ਪਾਸ ਹੈਗੀ ਅਤੇ ਮੇਰੇ ਸਪਾਊਸ ਨੂੰ ਨਾਲ ਲੈ ਕੇ ਜਾਣਾ, ਤੁਸੀਂ ਕਿਹਾ ਵੀ ਹਾਂਜੀ ਅਪਲਾਈ ਕਰ ਸਕਦੇ ਨੇ ਬਿਨਾਂ ਦੇਰੀ ਦੇ, ਅਗਰ +2 ਪਾਸ ਹੈਗੇ ਨੇ ਮੇਨ ਐਪਲੀਕੈਂਟ, ਕੀ ਉਹ ਵੀ ਸਪਾਊਸ ਨੂੰ ਲੈ ਕੇ ਜਾ ਸਕਦਾ UK? ਡੈਫੀਨੇਟਲੀ ਮੈਡਮ ਲੈ ਕੇ ਜਾ ਸਕਦੇ ਆ, ਲੇਕਿਨ ਓਨੈਸਟਲੀ ਦੇਖੋ ਮੈਂ ਝੂਠ ਬਿਲਕੁਲ ਨਹੀਂ ਬੋਲਾਂਗਾ, ਮੈਂ ਬਿਲਕੁਲ ਬਹੁਤ ਅੱਛੀ ਇਨਫੋਰਮੇਸ਼ਨ ਦਿਆਂਗਾ, ਕਿਉਂ ਮੈਂ ਕਹਿ ਰਿਹਾ ਕਿ ਮੈਂ ਝੂਠ ਨਹੀਂ ਬੋਲਾਂਗਾ, ਸੁਣਨਾ ਮੇਰੀ ਗੱਲ ਨੂੰ, ਇਹਦੇ ਪਿੱਛੇ ਰੀਜ਼ਨ ਕੀ ਸੀ, ਬਹੁਤ ਸਾਰੀ ਕੰਪਨੀਜ਼ ਆਪਣੇ ਐਕਸਪੀਰੀਅੰਸ ਨੂੰ ਚਾਹੁੰਦੀਆਂ ਕਿ ਅਸੀਂ ਆਪਣੇ ਹੱਥ ਤੱਕ ਹੀ ਰੱਖੀਏ, ਜਿਵੇਂ ਕਿ ਨਾ ਆਪਾਂ ਕਹਿੰਦੇ ਕਿ ਉਸ ਤਰ੍ਹਾਂ ਨੇ ਜਿਹੜੇ ਪੁਰਾਣੇ ਬਜ਼ੁਰਗ ਸੀ ਉਹਨਾਂ ਕੋਲ ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਸੀ, ਜਾਂ ਹਰ ਬਿਮਾਰੀ ਦਾ, ਹਰ ਡਿਜ਼ੀਜ਼ ਦਾ ਕੋਈ ਨਾ ਕੋਈ ਇਲਾਜ ਸੀ ਦੈਟ ਵਰਡ ਇਲਾਜ ਸੀ, ਲੇਕਿਨ ਅੱਜ ਅਸੀਂ ਸੋਚਦੇ ਹਾਂ ਕਿ ਨਹੀਂ ਸਾਡੇ ਕੋਲ ਉਸ ਚੀਜ਼ ਦੀ, ਕਿਉਂਕਿ ਉਹ ਜਿਹੜਾ ਹੁਨਰ ਸੀ ਉਹ ਆਪਣੇ ਕੋਲ ਹੀ ਲੈ ਕੇ ਚਲੇ ਗਏ। ਸੋ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗਾ, ਮੈਂ ਆਪਣੀ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਈਵਨ ਔਨ ਏਅਰ ਵੀ ਬਹੁਤ ਐਸੇ ਵੀਜ਼ੇ ਦਿਖਾਏ ਜਿਹੜੇ ਕਿ 10+2 ਦੇ ਨਾਲ ਸਪਾਊਸ ਵੀਜ਼ਾ ਅਸੀਂ ਅਪਰੂਵ ਕਰਵਾ ਕੇ ਦਿੱਤੇ, ਬਹੁਤ ਕੰਪਨੀਜ਼ ਨੇ ਰੋਲਾ ਪਾਇਆ, ਤੁਹਾਨੂੰ ਟੂਰਿਸਟ ਵੀਜ਼ਾ ਮਿਲੇਗਾ, ਤੁਹਾਨੂੰ 6 ਮਹੀਨੇ ਬਾਅਦ ਵੀਜ਼ਾ ਮਿਲੇਗਾ, ਤੁਹਾਨੂੰ 3 ਮਹੀਨੇ ਬਾਅਦ ਵੀਜ਼ਾ ਮਿਲੇਗਾ, ਤੁਹਾਨੂੰ ਵੀਜ਼ਾ ਮਿਲੇਗਾ ਹੀ ਨਹੀਂ, ਕਿਉਂਕਿ ਉਹ ਰੀਜ਼ਨ ਕੀ ਸੀ, ਉਹਨਾਂ ਨੇ ਇਸ ਚੀਜ਼ ਦੀ ਪ੍ਰੈਕਟਿਸ ਨਹੀਂ ਕੀਤੀ ਸੀ, ਉਹਨਾਂ ਨੂੰ ਨੌਲੇਜ ਨਹੀਂ ਸੀ ਇਸ ਚੀਜ਼ ਦੀ, ਬਸ ਸੁਣੀ ਸੁਣਾਈ ਗੱਲ ਕਿ ਕਿਸੇ ਇੱਕ ਬਹੁਤ ਵੱਡੀ ਕੰਪਨੀ ਨੇ ਆ ਕੇ ਕਹਿਤਾ ਕਿ 10+2 ਦੇ ਨਾਲ ਤੁਹਾਨੂੰ ਟੂਰਿਸਟ ਵੀਜ਼ਾ ਮਿਲਣਾ, ਬਾਕੀ ਸਭ ਨੇ ਦੇਖ ਕੇ ਸੇਮ ਉਹੀ ਰੱਟਾ ਲਗਾਉਣਾ ਸ਼ੁਰੂ ਕਰਤਾ, ਕਿਸੇ ਇੱਕ ਨੇ ਕਹਿਤਾ ਕਿ ਤੁਹਾਨੂੰ ਵੀਜ਼ਾ ਮਿਲਣਾ ਹੀ ਨਹੀਂ ਆ, ਸਭ ਨੇ ਕਹਿਣਾ ਸ਼ੁਰੂ ਕੀਤਾ ਕਰਤਾ ਤੁਹਾਨੂੰ ਵੀਜ਼ਾ ਮਿਲਣਾ ਹੀ ਨਹੀਂ, ਜਦੋਂ ਸਾਡੀ ਕੰਪਨੀ ਨੇ ਵੀਜ਼ਾ ਦਿਖਾਏ ਤਾਂ ਉਦੋਂ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਹਾਂ ਵੀਜ਼ਾ ਮਿਲਦਾ। ਸੋ ਇਹਦੇ 'ਚ ਰਿਐਲਿਟੀ ਕੀ ਹੈ, ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਪਿਛਲੇ ਜਨਵਰੀ ਅੰਡੇਕ ਦੇ 100% ਵੀਜ਼ਾ ਆਏ, 10+2 ਦੇ ਨਾਲ ਜਿਹੜੇ ਸਪਾਊਸ ਵੀਜ਼ਾ ਲਗਾਏ ਨੇ, ਲੇਕਿਨ ਅੱਗੋਂ ਮਈ ਦੇ ਵਿੱਚ ਵੀਜ਼ਾ ਆਣਗੇ ਤਾਂ ਫਿਰ ਮੈਂ ਦੱਸਾਂਗਾ ਕਿ ਉਹ ਬੱਚਿਆਂ ਦੇ ਮਈ 'ਚ ਆਏ ਕਿ ਨਹੀਂ। ਸੋ ਗੱਲ ਹੈ ਕਿ ਅੱਜ ਅੰਬੈਸੀ ਬਹੁਤ ਲੀਨੀਅਟ ਹੈ, ਅੰਬੈਸੀ ਵੀਜ਼ਾ ਦੇ ਰਹੀ ਹੈ, ਸੋ ਅੱਜ ਅੰਬੈਸੀ ਬਹੁਤ ਜ਼ਿਆਦਾ ਲੀਨੀਅਟ ਹੈ, ਲੇਕਿਨ ਮਈ ਅੰਡੇਕ ਦੇ ਵਿੱਚ ਕੀ ਸਿਨੈਰੀਓ ਰਹੇਗਾ ਸੋ ਗੋਡ ਨੋਸ, ਮੈਂ ਉਦੋਂ ਹੀ ਦੱਸਾਂਗਾ ਜਦੋਂ ਮਈ ਦੇ ਵਿੱਚ ਸਾਡੇ 10+2 ਵਾਲੇ ਬੱਚਿਆਂ ਦੇ ਵੀਜ਼ਾ ਆਏ। ਹਾਂ, ਗ੍ਰੈਜੂਏਸ਼ਨ ਦੇ ਨਾਲ ਤਾਂ 100% ਜ਼ਰੂਰ ਆਣਗੇ। ਠੀਕ ਹੈ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਮ, ਮੇਰੇ ਬ੍ਰਦਰ ਨੇ ਨਾ 12ਵੀਂ ਕੀਤੀ ਹੈ 2010 ਦੇ ਵਿੱਚ, ਮੈਂ ਸਾਈਪ੍ਰਸ ਤੋਂ ਪੁੱਛਣਾ ਚਾਹੁੰਦੀ ਕਿ ਕੰਮ ਵਗੈਰਾ ਠੀਕ ਹੈ ਉੱਥੇ। 2010 ਵਿੱਚ 12ਵੀਂ ਕੀਤੀ, ਸਾਈਪ੍ਰਸ ਜਾਣਾ। ਚਲੋ ਗੁੱਡ ਮੈਮ, ਕਿਉਂਕਿ ਦੇਖੋ ਹਰ ਇੱਕ ਕੰਪਨੀ ਨੂੰ ਪਤਾ ਕਿ ਅਗਰ ਤੁਹਾਡਾ ਗੈਪ ਬਹੁਤ ਜ਼ਿਆਦਾ ਹੈ, ਹਰ ਬੱਚੇ ਨੂੰ ਵੀ ਪਤਾ ਕਿ ਅਗਰ ਮੇਰਾ ਗੈਪ ਬਹੁਤ ਜ਼ਿਆਦਾ ਤੇ ਸਭ ਤੋਂ ਬੈਸਟ ਜਿਹੜੀ ਕੰਪਨੀ ਹੈ ਉਹ ਸਾਈਂ ਓਵਰਸੀਜ਼ ਹੈ। ਕਿਉਂ ਮੈਂ ਕਹਿ ਰਿਹਾ, ਕਿਉਂਕਿ ਅਗਰ ਤੁਸੀਂ ਵਿਦਾਊਟ ਆਇਲਸ ਅਪਲਾਈ ਕਰ ਰਹੇ ਹੋ, ਸਾਈਪ੍ਰਸ ਦਾ ਪੈਕੇਜ ਅੱਜ ਕਿਸੇ ਵੀ ਕੰਪਨੀ ਕੋਲ ਪੁੱਛ ਲੈਣਾ, ਹਰ ਕੰਪਨੀ ਨੇ ਇਨਕਰੀਜ਼ ਕਰਕੇ, ਕਿਉਂਕਿ ਯੂਨੀਵਰਸਿਟੀਜ਼ ਨੇ, ਕਾਲਜਿਸ ਨੇ ਆਪਣੀ ਕਵਿਤਾ
ਕਾਲਜ ਦੇ ਵਿੱਚ 200 ਪਲੱਸ ਬੱਚਾ ਜਾ ਰਿਹਾ ਸੀ, ਉਹਨੂੰ ਉਸ ਕਾਲਜ ਦੇ ਕੋਲ ਜਿਹੜੇ ਸੀਟਸ ਹੈ 35-40 ਸੀਟਸ ਹੈ, ਸੋ ਉਹ ਇਸ ਤਰ੍ਹਾਂ ਦੇ ਬੱਚੇ ਉਹਨਾਂ ਨੂੰ ਬਹੁਤ ਈਜ਼ੀ ਮਿਲ ਰਿਹਾ ਜਿਹੜੇ ਬੱਚਿਆਂ ਦਾ ਗੈਪ ਬਹੁਤ ਜ਼ਿਆਦਾ ਹੈ, ਸੋ ਉਹਨਾਂ ਨੇ ਆਪਣੀ ਫੀਸਿਸ ਬਹੁਤ ਇਨਕਰੀਜ਼ ਕਰਤੀ ਆ। ਹੁਣ ਤੁਹਾਨੂੰ ਮਾਰਕੀਟ ਵਿੱਚ ਸਾਈਪ੍ਰਸ ਦੀ ਅਗਰ ਮੈਂ ਗੱਲ ਕਰਾਂ 450-480 ਤੋਂ ਘੱਟ ਪੈ ਕੇ ਤੁਹਾਨੂੰ ਕਿਤੋਂ ਨਹੀਂ ਮਿਲੇਗਾ, ਲੇਕਿਨ ਸਾਈ ਓਵਰਸੀਜ਼ ਫਿਰ ਵੀ ਤੁਹਾਨੂੰ ਬਹੁਤ ਅੱਛੇ ਰੇਟ 'ਤੇ ਬਹੁਤ ਘੱਟ ਪੈਸੇ ਦੇ ਵਿੱਚ ਤੁਹਾਨੂੰ ਸਾਈਪ੍ਰਸ ਦਾ ਵੀਜ਼ਾ ਲੈ ਕੇ ਦੇਗੀ। ਤੁਸੀਂ ਪ੍ਰੋਪਰ ਇਨਫੋਰਮੇਸ਼ਨ ਲੈਣ ਵਾਸਤੇ ਇੱਕ ਵਾਰੀ ਕਿਸੇ ਵੀ ਕੰਪਨੀ ਕੋਲ ਇਨਫੋਰਮੇਸ਼ਨ ਲੈ ਕੇ ਦੈਨ ਮੇਰੇ ਕੋਲ ਵਿਜ਼ਿਟ ਕਰੋ, ਸਾਡੀ ਕੰਪਨੀ ਵਿਜ਼ਿਟ ਕਰੋ। ਮੈਂ ਬਾਕੀ ਕੰਪਨੀ ਨਾਲੋਂ ਤੁਹਾਨੂੰ ਨੀਅਰ ਅਬਾਊਟ 20-25,000 ਡਿਸਕਾਊਂਟ ਦੇ ਕੇ ਤੁਹਾਨੂੰ ਮੈਂ ਸਾਈਪ੍ਰਸ ਦੇ ਵਿੱਚ ਗਰੰਟਡ ਵੀਜ਼ਾ ਲੈ ਕੇ ਦਾਂਗਾ। ਸੇਮ ਇਹੀ ਫੈਸਿਲਿਟੀਜ਼ ਕਿ ਸਾਰੀ ਪੇਮੈਂਟ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਵੇ, ਚਾਹੇ ਤੁਸੀਂ ਯੂਕੇ ਅਪਲਾਈ ਕਰਨਾ ਚਾਹੇ ਸਾਈਪ੍ਰਸ ਅਪਲਾਈ। ਜੀ ਜਲੰਧਰ ਦੇ ਵਿੱਚ ਆਫਿਸ ਜੀ ਸਾਈ ਓਵਰਸੀਜ਼ ਦਾ, ਤੇ ਇਸ ਵੇਲੇ ਜੀ ਨੈਕਸਟ ਕਾਲਰ ਸਾਡੇ ਨਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਸਰਬਜੀਤ ਬੋਲ ਰਹੀ ਹਾਂ ਜੀ। ਸਰਬਜੀਤ ਜੀ, ਸਵਾਲ ਕੀ ਹੈ? ਮੈਂ ਸਵਾਲ ਮੇਰਾ ਹੈਗਾ, ਮੇਰਾ ਵੀ ਤਕਰੀਬਨ 8 ਸਾਲ ਦਾ ਗੈਪ ਹੋ ਗਿਆ ਜੀ ਪਲੱਸ 2 ਤੋਂ ਬਾਅਦ। ਅੱਛਾ, ਠੀਕ ਹੈ। ਜਿਹੜੀ ਤੁਸੀਂ ਸਾਈਪ੍ਰਸ ਵੀਜ਼ਾ ਬਾਰੇ ਦੱਸ ਰਹੇ ਹੈਗੇ ਆ, ਤੇ ਉਹਦੇ ਵਿੱਚ ਜਿਹੜੀ ਪੇਮੈਂਟ ਹੈਗੀ ਆ ਸਾਰੀ ਆਫਟਰ ਵੀਜ਼ਾ ਲੈਣੀ ਹੈਗੀ ਜੀ? ਹਾਂ ਸਰ, ਬਿਲਕੁਲ। ਸਾਈਪ੍ਰਸ ਦੇਖੋ, ਮੈਂ ਪਿਛਲੇ ਨੀਅਰ ਅਬਾਊਟ 10 ਈਅਰਸ ਤੋਂ 10 ਸਾਲ ਤੋਂ ਪ੍ਰਮੋਟ ਕਰਦਾ ਆ ਰਿਹਾ, ਔਰ ਸਾਡੀ ਕੰਪਨੀ ਉਦੋਂ ਤੋਂ ਲੈ ਕੇ ਟਿਲ ਅੱਜ ਤੱਕ ਸਾਰੀ ਪੇਮੈਂਟ ਵੀਜ਼ਾ ਲੱਗਣ ਤੋਂ ਬਾਅਦ ਲੈ ਰਹੀ ਹੈ ਜਿਹੜੇ ਬੱਚੇ ਸਾਈਪ੍ਰਸ। ਦੇਖੋ, ਸਾਈਪ੍ਰਸ ਨੂੰ ਸਮਝਣ ਦੀ ਜ਼ਰੂਰਤ ਹੈ। ਸਾਈਪ੍ਰਸ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਸਾਈਪ੍ਰਸ ਨਹੀਂ ਜਾਣਾ, ਕਿ ਉੱਥੇ ਜਾਣ ਦਾ ਬੈਨੀਫਿਟ ਨਹੀਂ ਹੈ, ਜਾਂ ਉਹ ਉਦੋਂ ਦੀਆਂ ਗੱਲਾਂ ਸੀ ਮੈਮ ਜਦੋਂ ਵੀਜ਼ਾ ਬੱਚਿਆਂ ਨੂੰ, ਹਰ ਬੱਚੇ ਨੂੰ ਵੀਜ਼ਾ ਮਿਲ ਰਿਹਾ ਸੀ, ਪਰ ਕੋਟਾ ਸਿਸਟਮ ਨਹੀਂ ਸੀ, ਹਰ ਕੋਈ ਜਾ ਵੀ ਰਿਹਾ ਸੀ। ਹੁਣ ਸੇਮ ਅਸੀਂ ਗੱਲ ਕਰਦੇ ਹਾਂ ਕੈਨੇਡਾ 'ਚ, ਜਾਂ ਆਪਾਂ ਗੱਲ ਕਰੀਏ 2010-2011-12 ਦੇ ਵਿੱਚ ਜਦੋਂ ਯੂਕੇ ਸਟਾਰਟ ਹੋਇਆ ਸੀ, ਉਦੋਂ ਬਹੁਤ ਜ਼ਿਆਦਾ ਬੱਚਾ ਚਲਾ ਗਿਆ, ਜਦੋਂ ਕਿ ਉੱਥੇ ਫਲਾਈ ਓਵਰਸ ਦੇ ਨੀਚੇ ਬੱਚੇ ਸੋ ਰਹੇ ਨੇ, ਗੁਰਦੁਆਰੇ ਜਾ ਕੇ ਸੋ ਰਹੇ ਨੇ, ਉੱਥੇ ਕੰਮ ਨਹੀਂ ਮਿਲ ਰਿਹਾ ਬੱਚਿਆਂ ਨੂੰ। ਜਦੋਂ ਕੋਈ ਵੀ ਕੰਟਰੀ ਹੈ, ਜਦੋਂ ਬਹੁਤ ਜ਼ਿਆਦਾ ਬੱਚਾ ਉੱਥੇ ਚਲੇ ਜਾਏਗਾ, ਤਾਂ ਉਸ ਕੰਟਰੀ ਦੇ ਵਿੱਚ ਬੱਚਿਆਂ ਨੂੰ ਪ੍ਰੋਬਲਮ ਆਏਗੀ ਆਏਗੀ, ਕੰਮ ਨੂੰ ਲੈ ਕੇ, ਅਕੋਮੋਡੇਸ਼ਨ ਨੂੰ ਲੈ ਕੇ, ਹਰ ਚੀਜ਼ ਨੂੰ ਲੈ ਕੇ। ਲੇਕਿਨ ਹੁਣ ਕੀ ਦਿੱਕਤ ਹੈ, ਹੁਣ ਬੱਚਿਆਂ ਵਾਸਤੇ ਬੈਨੀਫਿਟ ਬਹੁਤ ਚੇਂਜ ਹੋ ਗਿਆ, ਕਿਉਂਕਿ ਇਹ ਯੂਨੀਵਰਸਿਟੀਜ਼ ਨੇ, ਉੱਥੋਂ ਦੀ ਅੰਬੈਸੀ ਨੇ ਬਹੁਤ ਅੱਛਾ ਰੂਲ ਸਟਾਰਟ ਕੀਤਾ, ਜਿਹੜਾ ਕਿ ਕੋਟਾ ਸਿਸਟਮ ਕਰਤਾ, ਕਿ ਅੱਗੇ ਬੱਚੇ 200-300 ਸਟੂਡੈਂਟ ਇੱਕ ਇੱਕ ਕਾਲਜ ਦੇ ਵਿੱਚ ਆ ਰਹੇ ਸੀ। ਸੋ ਕਾਲਜ ਇੰਨੀ ਕਪੈਸਿਟੀ ਵੀ ਨਹੀਂ ਸੀ ਕਿ ਇੰਨੇ ਕਲਾਸਰੂਮ ਵੀ ਨਹੀਂ ਸੀ ਕਿ ਇੰਨਾ ਬੱਚਾ ਉੱਥੇ ਜਾ ਕੇ ਸਟੱਡੀ ਕਰ ਪਾਏ। ਹੁਣ ਉਹਨਾਂ ਨੇ ਉਹਨਾਂ ਦੇ ਅਕੋਰਡਿੰਗ 30-40-50 ਸੀਟਸ ਦੀ ਇੱਕ ਲਿਮਿਟ ਕਰ ਦਿੱਤੀ ਹੈ। ਸੋ ਉਹਦੇ ਨਾਲ ਬੈਨੀਫਿਟ ਕੀ ਹੈ ਕਿ ਜਿੱਥੇ ਹਰ ਅੰਡੇਕ ਦੇ ਵਿੱਚ ਨੀਅਰ ਅਬਾਊਟ 3,000-4,000 ਬੱਚਾ ਸਾਈਪ੍ਰਸ ਜਾ ਰਿਹਾ ਸੀ, ਹੁਣ ਨੀਅਰ ਅਬਾਊਟ 300 ਜਾ ਰਿਹਾ। ਸੋ ਹੁਣ ਬੱਚਿਆਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਤੁਹਾਡੇ ਵਾਸਤੇ ਬਹੁਤ ਬੈਸਟ ਆਪਸ਼ਨ ਹੈ, ਤੁਹਾਨੂੰ ਕੰਮ ਵੀ ਈਜ਼ੀ ਮਿਲੇਗਾ, ਤੁਸੀਂ ਸਟੱਡੀ ਕਰੋ, ਉਸ ਤੋਂ ਬਾਅਦ ਵੀ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਨੇ ਸਾਈਪ੍ਰਸ ਜਾਣ ਦੇ ਜੀ। ਸੋ ਸਾਈਪ੍ਰਸ ਦੇ ਵਿੱਚ ਸਭ ਤੋਂ ਬੈਸਟ ਬੈਨੀਫਿਟ ਕੀ ਹੈ ਕਿ ਅਗਰ ਤੁਸੀਂ ਆਪਣੀ ਸਟੱਡੀ ਕੰਪਲੀਟ ਕਰਦੇ ਹੋ, ਉੱਥੇ 2 ਈਅਰਸ ਦਾ ਡਿਪਲੋਮਾ ਜਾਂ 4 ਈਅਰ ਦੀ ਡਿਗਰੀ ਕਵਿਤਾ ਮੈਡਮ ਕੰਪਲੀਟ ਕਰਨ ਤੋਂ ਬਾਅਦ ਬੱਚਾ ਅਗਰ ਫਰਦਰ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਜਾਣਾ ਚਾਹ ਰਿਹਾ, ਤਾਂ ਡੈਫੀਨੇਟਲੀ ਜਾ ਸਕਦਾ ਹੈ। ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਨੇ ਜਿਹੜੇ ਕਹਿੰਦੇ ਕਿ ਨਹੀਂ ਸਰ ਇਹ ਪੋਸੀਬਲ ਨਹੀਂ ਹੈ, ਜਾਂ ਬਹੁਤ ਕੰਪਨੀ ਇਸ ਤਰ੍ਹਾਂ ਦੀਆਂ ਕਹਿੰਦੇ ਨੇ ਇਹ ਪੋਸੀਬਲ ਨਹੀਂ ਹੈ, ਫਿਰ ਉਹੀ ਗੱਲ ਕਰ ਰਹੇ ਕਿ ਜਿਹਨਾਂ ਨੇ ਉਸ ਚੀਜ਼ ਦੀ ਪ੍ਰੈਕਟਿਸ ਨਹੀਂ ਕੀਤੀ। ਜਿਹੜੇ ਬੱਚੇ ਜਾ ਕੇ 2-3 ਮਹੀਨੇ ਬਾਅਦ ਕਿਸੇ ਵੀ ਕੰਟਰੀ ਤੋਂ ਵਾਪਸ ਆ ਜਾਂਦੇ ਆ, ਉਹ ਕਿਸ ਤਰ੍ਹਾਂ ਇਹ ਚੀਜ਼ ਕਹਿ ਸਕਦਾ ਕਿ ਇਹ ਪੋਸੀਬਲ ਨਹੀਂ ਹੈ? ਮੇਰੇ ਕੋਲ ਆਓ, ਮੈਂ ਤੁਹਾਨੂੰ ਉਹ ਬੱਚਿਆਂ ਦੇ ਨੰਬਰ, ਉਹਨਾਂ ਦੇ ਵੀਜ਼ੇ, ਤੁਹਾਨੂੰ ਹਰ ਇੱਕ ਚੀਜ਼ ਚੈੱਕ ਕਰਾਵਾਂਗਾ ਜਿਹੜੇ ਬੱਚੇ ਸਾਈਪ੍ਰਸ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਅੱਜ ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ ਜਾਂ ਹੋਰ ਕੰਟਰੀ 'ਚ ਮੂਵ ਹੋਇਆ ਹੈ, ਲੇਕਿਨ ਉਹਦੇ ਵਾਸਤੇ ਤੁਹਾਨੂੰ ਸਟੱਡੀ ਕੰਪਲੀਟ ਕਰਨੀ ਪਏਗੀ। ਅਗਰ ਤੁਸੀਂ ਆਸਟ੍ਰੇਲੀਆ, ਕੈਨੇਡਾ ਜਾਣਾ, ਤੁਹਾਨੂੰ ਆਇਲਸ ਕਰਨੀ ਪਏਗੀ, 6 ਬੈਂਡ ਅਚੀਵ ਕਰਨੇ ਪੈਣਗੇ, ਤਾਂ ਇਹ ਸਾਰੀ ਫੈਸਿਲਿਟੀ ਸਾਨੂੰ ਮਿਲ ਜੀ। ਬਟ ਪਾਥਵੇ ਜਿਹੜੇ ਹੈਗੇ ਨੇ ਉਹ ਪ੍ਰੋਗਰਾਮਸ ਮਿਲ ਜਾਂਦੇ ਨੇ ਸਾਈਪ੍ਰਸ ਵਰਗੀਆਂ ਕੰਟਰੀਜ਼ ਦੇ ਵਿੱਚ, ਲੇਕਿਨ ਪ੍ਰੋਬਲਮ ਉੱਥੇ ਹੈ ਕਿ ਕਦੀ ਵੀ ਇਹ ਯੂਨੀਵਰਸਲ ਟਰੁਥ ਹੈ, ਮਾਈਂਡ ਨਾ ਕਰਨਾ, ਕਦੀ ਬੱਚਾ ਆਪਣੀ ਗਲਤੀ ਨਹੀਂ ਮੰਨਦਾ, ਕਿਉਂਕਿ ਬੱਚਾ ਆਪਣੀ ਗਲਤੀ ਮੰਨੇਗਾ ਤੇ ਪੇਰੈਂਟਸ ਆ ਕੇ ਉਹਨੂੰ ਡਾਂਟਣਗੇ। ਹੁਣ ਅਗਰ ਮੇਰੀ ਗੱਲ ਨੂੰ ਫੋਲੋ ਕਰਨਾ, ਅਗਰ ਉਹ ਬੱਚਾ ਕੋਈ ਪ੍ਰੋਪਰਲੀ ਉੱਥੇ ਸਟੱਡੀ ਕਰੇਗਾ, ਸਟੱਡੀ ਕਰਨ ਤੋਂ ਬਾਅਦ, ਹੁਣ ਇੰਡੀਆ ਦੇ ਵਿੱਚ ਦੇਖੋ ਕਿ ਅਗਰ ਮੈਂ ਯੂਕੇ ਦੀ ਗੱਲ ਕਰਾਂ, ਜਿਹੜੇ ਬੱਚਿਆਂ ਦਾ 14-15 ਪਾਸ ਆਊਟ ਹੈ, 4-5-6 ਈਅਰਸ ਦਾ ਗੈਪ ਹੈ, 60% ਮਾਰਕਸ ਹੈ, ਇੱਥੋਂ ਇੰਡੀਆ ਤੋਂ ਬੱਚਿਆਂ ਨੂੰ ਵੀਜ਼ਾ ਮਿਲ ਰਿਹਾ, ਇੰਨੇ ਹਜ਼ਾਰਾਂ ਬੱਚੇ ਜਾ ਰਹੇ ਨੇ, ਤੇ ਸਾਈਪ੍ਰਸ ਵਿੱਚ ਤਾਂ ਸਟੂਡੈਂਟ ਹੀ ਬਹੁਤ ਘੱਟ ਨੇ, ਫਿਰ ਉਹ ਕੰਟਰੀ ਬਹੁਤ ਅੱਛੀ ਹੈ, ਯੂਰੋ ਉੱਥੇ ਕਰੰਸੀ ਦਾ ਰੇਟ ਤੁਸੀਂ ਚੈੱਕ ਕਰ ਸਕਦੇ ਹੋ, ਸੋ ਉੱਥੋਂ ਤਾਂ ਬਹੁਤ ਘੱਟ ਬੱਚੇ ਨੇ ਜਿਹੜੇ ਅੱਗੋਂ ਮੂਵ ਆਨ ਹੁੰਦੇ ਨੇ। ਕਿਹੜੇ ਹੋਣਗੇ ਜਿਹੜੇ ਬੱਚੇ ਇੱਥੋਂ ਗਏ? ਇੱਥੋਂ ਵੀ ਸਿਰਫ 10-20% ਬੱਚੇ ਜਿਹੜੇ ਆਪਣੀ ਸਟੱਡੀ ਕੰਪਲੀਟ ਕਰਦੇ, ਕੋਈ ਜ਼ਿਆਦਾ ਤਾਂ ਸਾਡੀਆਂ ਪੰਜਾਬੀਆਂ ਦੀ ਥਿੰਕਿੰਗ ਇਹ ਹੁੰਦੀ ਹੈ ਕਵਿਤਾ ਮੈਡਮ, ਕਿ ਉੱਥੇ ਜਾ ਕੇ ਪੈਸਾ ਕਮਾ ਲਓ, ਸਟੱਡੀ ਦੇ ਉਹ ਕਰਦੇ ਨਹੀਂ ਬੱਚੇ, ਜਿਹੜਾ ਸਟੱਡੀ ਕਰੇਗਾ ਉਹ ਵੀ ਥੋੜਾ ਕੈਨੇਡਾ ਦਾ ਥੋੜਾ ਜਿਹਾ ਜਿਹੜਾ ਰੁਝਾਨ ਡਾਊਨ ਜਾਂਦਾ ਪਿਆ ਹੈਗਾ ਵੀਜ਼ਾ ਸਕਸੈਸ ਰੇਟ, ਉਹਨੂੰ ਦੇਖ ਕੇ ਵੀ ਲੱਗਦਾ ਵੀ ਹੁਣ ਯੂਕੇ ਹੀ ਕਿਤੇ ਨਾ ਕਿਤੇ ਵਧੀਆ ਆਪਸ਼ਨ ਦੇ ਵਿੱਚ ਮੈਡਮ, ਜਿਹੜੀ ਸਭ ਤੋਂ ਬੈਸਟ ਆਪਸ਼ਨ ਹੈ ਅੱਜ ਕੈਨੇਡਾ ਨਾਲੋਂ ਜ਼ਿਆਦਾ ਇਨਕੁਆਇਰੀਜ਼ ਜਿਹੜੀਆਂ ਆ ਰਹੀਆਂ ਯੂਕੇ ਦੀਆਂ ਹੀ ਆ ਰਹੀਆਂ, ਰਿਐਲਿਟੀ ਹੈ ਯੂਕੇ ਦੀ। ਸੋ ਕੰਟੀਨਿਊ ਰੱਖਾਂਗੇ, ਇੱਕ ਕਾਲਰ ਲੈ ਲੈਂਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਰ, ਉਹਨਾਂ ਨਾਲ ਗੱਲ ਕਰਨੀ
ਅੱਛਾ ਪ੍ਰੋਗਰਾਮ ਦੇਖ ਰਹੇ ਹੋ ਮੈਡਮ ਬੜੀ ਅੱਛੇ ਤਰੀਕੇ ਨਾਲ ਫਿਰ ਪਲੀਜ਼ ਉਹਨੂੰ ਅੱਛੀ ਤਰ੍ਹਾਂ ਨਾਲ ਦੇਖਣਾ ਮੈਂ ਉਹਨੂੰ ਪੂਰਾ ਐਕਸਪਲੇਨ ਕੀਤਾ ਕਿ ਮੈਂ ਦੁਬਾਰਾ ਇਨਫੋਰਮੇਸ਼ਨ ਦੇ ਦੇਣਾ ਕਿ ਤੁਸੀਂ ਆਪਣੇ ਉੱਤੇ ਸਟੱਡੀ ਕੰਪਲੀਟ ਕਰੋ ਫਸਟ ਆਫ ਆਲ ਤੁਸੀਂ ਡਿਪਲੋਮੇ 'ਤੇ ਗਿਓ 2 ਸਾਲ ਦਾ ਡਿਪਲੋਮਾ ਕੰਪਲੀਟ ਕਰੋ ਉਸ ਤੋਂ ਬਾਅਦ ਮੈਂ ਆਇਲਸ ਕਹਿ ਰਿਹਾ ਮੈਡਮ ਆਇਲਸ ਮੰਡੇਟਰੀ ਹੈ ਪਲੀਜ਼ ਬਾਅਦ ਵਿੱਚ ਮੈਨੂੰ ਨਾ ਕਲੇਮ ਕਰਨਾ ਕਿ ਮੇਰਾ ਬ੍ਰਦਰ ਉੱਥੇ ਗਿਆ ਉਹ ਮੂਵ ਨਹੀਂ ਹੋਇਆ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਜੋ ਰਿਕੁਆਇਰਮੈਂਟ ਆ ਆਇਲਸ ਦੀ 6 ਬੈਂਡ ਦੀ ਤੁਸੀਂ ਉਹ ਅਚੀਵ ਕਰੋਗੇ ਡੈਫੀਨੇਟਲੀ ਤੁਹਾਨੂੰ ਵੀਜ਼ਾ ਮਿਲੇਗਾ ਤੁਸੀਂ ਮੈਨੂੰ ਆ ਕੇ ਮਿਲ ਸਕਦੇ ਹੋ ਸਾਈਪ੍ਰਸ ਦੇ ਵਿੱਚ ਜਿਹੜੇ ਸਾਡੇ ਟਾਈ ਅਪਸ ਨੇ ਕਾਲਜ ਦੇ ਨਾਲ ਉਹ ਕਾਲਜ ਵੀ ਤੁਹਾਡੀ ਹੈਲਪ ਜ਼ਰੂਰ ਕਰੇਗਾ ਸੋ ਅਗਰ ਪ੍ਰੋਪਰ ਇਨਫੋਰਮੇਸ਼ਨ ਲੈਣੀ ਇੱਕ ਵਾਰੀ ਆਫਿਸ ਵਿਜ਼ਿਟ ਕਰਨਾ ਓਰੀਜਨਲ ਡਾਕੂਮੈਂਟ ਦੇ ਨਾਲ ਵਿਜ਼ਿਟ ਕਰਨਾ ਮੈਂ ਤੁਹਾਨੂੰ ਬੱਚਿਆਂ ਦੇ ਕੰਟੈਕਟ ਨੰਬਰ ਦੇ ਦਾਂਗਾ ਤੁਸੀਂ ਉਹਨਾਂ ਨੂੰ ਕਾਲ ਕਰਕੇ ਕ੍ਰੋਸ ਵੈਰੀਫਾਈ ਕਰਕੇ ਫਿਰ ਅਪਲਾਈ ਕਰੋ ਜੀ ਸੋ ਬਲਜਿੰਦਰ ਸਰ ਸਵਾਲ ਜਵਾਬ ਵਿੱਚ ਰਹਿ ਗਿਆ ਸੀ ਕਿਉਂਕਿ ਟਾਈਮ ਵੀ ਬਹੁਤ ਥੋੜਾ ਹੈ ਕਿ ਯੂਕੇ ਤੁਸੀਂ ਕਹਿ ਰਹੇ ਹੋ ਵੀ ਹੁਣ ਬਹੁਤ ਜ਼ਿਆਦਾ ਜਿੱਦਾਂ ਪਾਪੂਲਰ ਹੈਗਾ ਡਿਮਾਂਡ ਵਿੱਚ ਹੈਗਾ ਹਾਂਜੀ ਹਾਂਜੀ ਬਿਲਕੁਲ ਮੈਮ ਕਿਉਂਕਿ ਦੇਖੋ ਜਾਣਾ ਵੀ ਠੀਕ ਹੈ ਬੱਚਿਆਂ ਵਾਸਤੇ ਮੈਂ ਖੁਦ ਕਹਾਂਗਾ ਕਿਉਂਕਿ ਇੱਕ ਸਾਈਡ ਤੁਹਾਨੂੰ ਅਗਰ ਮੈਂ ਕੈਨੇਡਾ ਦੀ ਆਸਟ੍ਰੇਲੀਆ ਦੀ ਗੱਲ ਕਰਾਂ 60% 70% ਸਕਸੈਸ ਰੇਟ ਹੈ ਇੱਕ ਪਾਸੇ ਇੱਕ ਸਾਈਡ ਤੇ ਨੀਅਰ ਅਬਾਊਟ 99% ਠੀਕ ਹੈ ਰਿਫਿਊਜ਼ਲ ਤੇ ਮੈਂ ਹਰ ਇੱਕ ਦੀ ਸੁਣਦਿਆਂ ਹਰ ਕੋਈ ਕੰਪਨੀ ਕਹਿ ਰਹੀ ਹੈ ਸਾਡਾ ਕੈਨੇਡਾ ਦੀ ਬਹੁਤ ਜ਼ਿਆਦਾ ਕੈਨੇਡਾ ਦੀ ਤੇ ਮੈਡਮ ਨੋ ਡਾਊਟ ਬਹੁਤ ਜ਼ਿਆਦਾ ਆ ਰਹੀ ਹੈ ਲੇਕਿਨ ਮੈਂ ਗੱਲ ਕਰਾਂ ਯੂਕੇ ਦੀ ਹਰ ਬੰਦਾ ਕਹਿ ਰਿਹਾ ਕਿ ਅੱਜ ਦੀ ਰੇਟ 100% ਸਕਸੈਸ ਰੇਟ ਹੈ ਠੀਕ ਹੈ ਮੈਂ ਫਿਰ ਵੀ 99% ਲੈ ਕੇ ਚੱਲਾਂਗਾ ਕਿਸੇ ਕਿਸੇ ਰੀਜ਼ਨ ਤੋਂ ਅਗਰ ਤੁਸੀਂ ਥੋੜੀ ਤੁਸੀਂ ਬਿਲਕੁਲ ਫੇਕ ਡਾਕੂਮੈਂਟ ਲਗਾ ਦੋ ਤਾਂ ਤੁਹਾਨੂੰ ਵੀਜ਼ਾ ਮਿਲ ਜਾਏਗਾ ਨੈਕਸਟ ਟਾਈਮ ਪੋਸੀਬਲ ਹਾਂ ਅਗਰ ਅੱਛੀ ਪ੍ਰੋਫਾਈਲ ਹੈ ਠੀਕ ਹੈ ਅੱਜ ਦੀ ਰੇਟ ਤੁਹਾਡਾ 4-5-6 ਸਾਲ ਗੈਪ ਦੇ ਨਾਲ ਵੀ ਤੁਹਾਨੂੰ ਵੀਜ਼ਾ ਮਿਲ ਰਿਹਾ ਲੇਕਿਨ ਬਹੁਤ ਟਾਈਮ ਤੱਕ ਇਹ ਸਿਨੈਰੀਓ ਨਹੀਂ ਰਹੇਗਾ ਮੇਰੀ ਜੋ ਇੰਟੂਇਸ਼ਨ ਹੈ ਲਾਸਟ ਸਪਟੰਬਰ ਡੇ 2020 ਦਾ ਜਿਹੜਾ ਜਾਏਗਾ ਇਹ ਵਿਦ ਗੈਪ ਅਸੈਪਟ ਹੋਣਗੀਆਂ ਫਾਈਲਸ ਲੇਕਿਨ 21st January ਇੰਟੇਕ ਜਿਹੜਾ ਹੋਏਗਾ ਜਦੋਂ ਪੀਆਰ ਪੁਆਇੰਟ ਬੇਸ ਸਿਸਟਮ ਆ ਜਾਏਗਾ ਉਦੋਂ ਫਿਰ ਯੂਕੇ ਇਹ ਵਾਲਾ ਨਹੀਂ ਰਹੇਗਾ ਜਿੰਨੇ ਮਰਜ਼ੀ ਗੈਪ ਦੇ ਨਾਲ ਚਲੋ ਯੂਕੇ ਉਦੋਂ ਯੂਕੇ ਵਿੱਚ ਚੂਜ਼ ਹੋ ਜਾਏਗਾ ਫਿਲਹਾਲ ਜੇ ਹੁਣ ਮੌਕਾ ਮਿਲ ਰਿਹਾ ਸੀ ਕਿ ਤੁਸੀਂ ਜਲਦੀ ਨਾਲ ਅਪਲਾਈ ਕਰੋ ਤੇ ਘੱਟ ਯਾਨੀ ਕਿ ਨੰਬਰ ਹੈਗੇ ਨੇ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਤੇ ਸਭ ਤੋਂ ਵੱਡੀ ਗੱਲ ਜੀ ਵਿਦਆਊਟ ਆਲ ਸਾਨੂੰ ਮੌਕਾ ਮਿਲ ਰਿਹਾ ਹੈਗਾ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਇਸੇ ਦੇ ਨਾਲ ਜੀ ਲਾਈਵ ਪ੍ਰੋਗਰਾਮ ਦੇ ਵਿੱਚ ਮੈਨੂੰ ਵੀ ਦਿਓ ਇਜਾਜ਼ਤ ਨੈਕਸਟ ਟਾਈਮ ਫਿਰ ਮੁਲਾਕਾਤ ਕਰਦੇ ਹਾਂ ਆਪਣਾ ਖਿਆਲ ਰੱਖੋ ਥੈਂਕ ਯੂ ਸੋ ਮਚ ਜੀ